ਸਵਾਗਤ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਮੈਂ ਮੇਗਾ ਤੇ ਮੈਂ ਹਾਂ ਜੀ ਮੇਜ਼ਬਾਨ ਦੇਵ ਕਪੂਰ ਮੇਗਾ ਜੀ ਸਾਰੇ ਜਾਣਦੇ ਆ ਕਿ ਸਿੱਖਿਅਤ ਸਮਾਜ ਹੁੰਦਾ ਹੈ ਸੁਰੱਖਿਅਤ ਸਮਾਜ ਔਰ ਦੇਸ਼ ਦਾ ਸੂਬੇ ਦਾ ਹਰ ਨਾਗਰਿਕ ਸਿੱਖਿਅਤ ਹੋਵੇ ਹੈ ਸਮੇਂ ਦੀ ਇਹ ਹੀ ਆਵਾਜ਼ ਬਿਲਕੁਲ ਠੀਕ ਗੱਲ ਹੈ ਸਿੱਖਿਆ ਇਨਸਾਨ ਦਾ ਤੀਸਰਾ ਨੇਤਰ ਹੈ ਨਾ ਸਿੱਖਿਆ ਤੋਂ ਜਦੋਂ ਅਸੀਂ ਜਾਣੂ ਹੁੰਦੇ ਆ ਜਦੋਂ ਅਸੀਂ ਸਿੱਖਿਆ ਗ੍ਰਹਿਣ ਕਰਦੇ ਆ ਉਸ ਵੇਲੇ ਜ਼ਿੰਦਗੀ ਦੇ ਬਹੁਤ ਸਾਰੇ ਜਿਹੜੇ ਪਹਿਲੂ ਐ ਉਹ ਸਾਡੇ ਨੇੜੇ ਹੋ ਜਾਂਦੇ ਸੀ ਜ਼ਿੰਦਗੀ ਦੇ ਪ੍ਰਤੀ ਹਾਂ ਪੱਖੀ ਸੋਚ ਰੱਖਦੇ ਆ ਤੇ ਅੱਜ ਦੇ ਸਮੇਂ ਦੇ ਵਿੱਚ ਸਿੱਖਿਆ ਦੀ ਗੱਲ ਕਰਨਾ ਬਹੁਤ ਜ਼ਰੂਰੀ ਹੈ ਅੱਜ ਸਿੱਖਿਆ ਦੀ ਗੱਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਸੀ ਉਹ ਦੌਰ ਦੇਖਿਆ ਜਦੋਂ ਬੱਚੇ ਜਿਹੜੇ ਹੈ ਘਰ ਦੇ ਵਿੱਚ ਬੈਠ ਕੇ ਪੜ ਰਹੇ ਸੀ ਹਲੇ ਵੀ ਪੜ ਰਹੇ ਨੇ ਆਨਲਾਈਨ ਸਟੱਡੀਜ਼ ਜਿਹੜੀਆਂ ਉਹ ਚੱਲ ਰਹੀਆਂ ਨੇ ਪਰ ਹੁਣ ਐਗਜ਼ਾਮਸ ਸਰਤੇ ਨੇ ਬੱਚੇ ਜਿਹੜੇ ਹੈ ਆਫਲਾਈਨ ਐਗਜ਼ਾਮਸ ਵੀ ਦੇ ਰਹੇ ਨੇ ਜਾ ਕੇ ਵੀ ਐਗਜ਼ਾਮਸ ਦੇ ਰਹੇ ਨੇ ਘਰ ਵੀ ਆਨਲਾਈਨ ਐਗਜ਼ਾਮਸ ਦੇ ਰਹੇ ਨੇ ਕੀ ਅਸਰ ਪੈ ਰਿਹਾ ਉਹਨਾਂ ਦੀ ਪੜ੍ਹਾਈ ਤੇ ਤੇ ਕੀ ਹੈ ਇਹਦੇ ਨਾਲ ਉਹਨਾਂ ਦਾ ਭਵਿਕ ਇਸ ਸਾਰੀਆਂ ਗੱਲਾਂ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਾਂਗੇ ਬਿਲਕੁਲ ਕੋਰੋਨਾ ਕਾਲ ਦੇ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਲਈ ਇਹ ਸਮਾਂ ਜਿਹੜਾ ਦੋਨਾਂ ਵਾਸਤੇ ਚੁਣੌਤੀਆਂ ਭਰਿਆ ਸੀ ਔਰ ਇਸ ਵਿਸ਼ੇ ਦੇ ਉੱਪਰ ਹੀ ਅੱਜ ਅਸੀਂ ਗੱਲ ਕਰਨੀ ਹੈ ਸਿੱਖਿਆ ਦੀ ਸੰਭਾਵਨਾਵਾਂ ਦੇ ਉੱਪਰ ਗੱਲ ਕਰਨੀ ਹੈ ਔਰ ਉ체체 ਤੌਰ ਤੇ ਮਾਹਿਰ ਮਹਿਮਾਨ ਸਾਡੇ ਕੋਲ ਸਟੂਡੀਓ ਦੇ ਵਿੱਚ ਵਿਰਾਜਮਾਨ ਹੈ ਜੀ ਮੇਰੀ ਮੁਰਾਦ ਹੈ ਜੀ ਡਾਕਟਰ ਗੁਰਪਿੰਦਰ ਸਿੰਘ ਸਮਰਾਜੀਤੋਂ ਆਪ ਪ੍ਰਿੰਸੀਪਲ ਨੇ ਲਾਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਇਸ ਦੇ ਨਾਲ ਹੀ ਆਪ ਗੁਰਨਾਨਕ ਦੇਵ ਯੂਨੀਵਰਸਿਟੀ ਵਿੱਚ ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੇ ਨਾਲ ਨਾਲ ਸਪੋਰ ਪ੍ਰਧਾਨ ਨੇ ਬਹੁਤ-ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਪ੍ਰੋਗਰਾਮ ਗੱਲਾਂ ਤੇ ਕੀ ਹਾਂ ਬੋ ਜੀ ਧੰਨਵਾਦ ਜੀ ਜੀ ਸਭ ਤੋਂ ਪਹਿਲਾਂ ਤਾਂ ਇਹ ਹੀ ਸਵਾਲ ਤੁਹਾਡੇ ਤੋਂ ਕਰਨਾ ਬੰਦਾ ਹੈ ਕਿ ਸਿੱਖਿਆ ਦਾ ਕੀ ਮਹੱਤਵ ਹੈ ਸਾਡੇ ਲਈ ਸਿੱਖਿਆ ਦੀ ਜਿਹੜੀ ਇੰਪੋਰਟੈਂਸ ਆ ਜਾਂ ਮਹੱਤਵ ਜੇ ਕਹਿਣਾ ਚਾਹੀਦਾ ਜੀ ਐਜ਼ ਐਨ ਐਨੀਮਲ ਆਲੋ ਹੂੰ ਜੇ ਕਿਸੇ ਚ ਸਿੱਖਿਆ ਨਹੀਂ ਹਿਊਮਨ ਬੀਂਗ ਚ ਤਾਂ ਜਸਟ ਲਾਈਕ ਐਨ ਐਨੀਮਲ ਜੀ ਹਰੇਕ ਹਿਊਮਨ ਦੇ ਲਈ ਸਿੱਖਿਆ ਇਜ਼ ਵੈਰੀ ਇੰਪੋਰਟੈਂਟ ਵਨ ਆ ਉਹਦੀ ਪਰਸਨਲਿਟੀ ਡਿਵੈਲਪਮੈਂਟ ਹੁੰਦੀ ਆ ਜੀ ਉਹਨੂੰ ਆਪਣੇ এনवायरमेंट ਬਾਰੇ ਆਪਣੀ ਚੀਜ਼ਾਂ ਬਾਰੇ ਪਤਾ ਲੱਗਦਾ ਤੇ ਉਹ ਆਪਣੇ ਆਪ ਨੂੰ ਉਹਦੇ ਅਕੋਰਡਿੰਗ ਟੂ ਢਾਲਦਾ ਆ ਤੇ ਇੱਕ ਪਰਫੈਕਟ ਇੱਕ ਗੁੱਡ ਸਿਟੀਜ਼ਨ ਬਣਨ ਦੀ ਕੋਸ਼ਿਸ਼ ਕਰਦਾ ਆ ਤੇ ਸਿੱਖਿਆ ਇਹ ਸਭ ਤੋਂ ਪ੍ਰਾਇਮਰੀ ਪਾਰਟ ਹੈ ਕਿਸੇ ਹਿਊਮਨ ਬੀਇੰਗ ਦੀ ਐਗਜ਼ਿਸਟੈਂਸ ਨੂੰ ਸ਼ੋ ਕਰੰਦਾ ਬਿਲਕੁਕੁਲ ਜ਼ਿੰਦਗੀ ਦੇ ਵਿੱਚ ਜਦੋਂ ਸਾਨੂੰ ਸਹੀ ਮਾਰਗਦਰਸ਼ਨ ਮਿਲਦਾ ਹੈ ਤਾਂ ਅਸੀਂ ਆਪਣੇ ਮੰਜ਼ਿਲ ਤੱਕ ਪਹੁੰਚਦੇ ਆਂ ਔਰ ਜ਼ਿੰਦਗੀ ਨੂੰ ਵੀ ਜੀਣਾ ਜਿਹੜਾ ਸਿੱਖ ਜਾਂਦੇ ਆਂ ਕਿਉਂਕਿ ਇਹ ਲਾਈਫ ਵੀ ਇੱਕ ਲਰਨਿੰਗ ਪ੍ਰੋਸੈਸ ਦੇ ਥਰੂ ਹੀ ਚੱਲਦੀ ਹੈ ਸਿੱਖਿਆ ਦੀ ਅਸੀਂ ਗੱਲ ਕਰ ਰਹੇ ਆਂ ਤਾਂ ਅਧਿਆਪਕ ਦਾ ਜਿਹੜਾ ਕਿਰਦਾਰ ਆ ਬੜਾ ਮਹੱਤਵਪੂਰਨ ਹੁੰਦਾ ਹੈ ਬੱਚਿਆਂ ਦੀ ਸਹੀ ਸਿੱਖਿਆ ਦੀ ਵਿੱਚ ਜੇ ਆਪਾਂ ਗੱਲ ਕਰੀਏ ਤੇ ਅਧਿਆਪਕਾਂ ਦੀ ਜਿਹੜੀ ਭੂਮਿਕਾ ਹੈ ਉਹ ਕਿੱਦਾਂ ਦੀ ਹੋਣੀ ਚਾਹੀਦੀ ਹੈ ਔਰ ਖਾਸ ਤੌਰ ਤੇ ਅੱਜ ਦੇ ਸਮੇਂ ਦੇ ਵਿੱਚ ਦੇਖੋ ਆਪਾਂ ਸਾਰੇ ਜਾਣਦੇ ਆਂ ਅਧਿਆਪਕ ਦੀ ਜਿਹੜੀ ਇੰਪੋਰਟੈਂਸ ਆ ਜਾਂ ਉਹਦੀ ਭੂਮਿਕਾ ਜਿਹੜੀ ਆਪਾਂ ਕਹਿੰਦੇ ਆਂ ਜੀ ਆਪਾਂ ਪੇਰੈਂਟਸ ਬੱਚੇ ਨੂੰ ਜਨਮ ਦਿੰਦੇ ਨੇ ਹੂੰ ਸਵੇਰੇ ਬ੍ਰੇਕਫਾਸਟ ਕਰਾਉਂਦੇ ਨੇ ਹੂੰ ਉਹ ਫੇ ਆਪਣੇ ਬੱਚੇ ਨੂੰ ਬ੍ਰੇਕਫਾਸਟ ਕਰਵਾ ਕੇ ਜੀ ਕਿਸੇ ਕੋਲ ਭੇਜਦੇ ਨੇ ਤੇ ਉਹਦੇ ਬਾਅਦ ਉਹਦੀ ਸਾਰੀ ਜਿਹੜੀ ਚੇਂਜ ਹੈ ਜਾਂ ਉਹਦੀ ਡਿਵੈਲਪਮੈਂਟ ਹੈ ਉਹ ਉਹ ਇਨਸਾਨ ਕਰਦਾ ਜਿਹਨੂੰ ਕਿ ਆਪਾਂ ਟੀਚਰ ਕਹਿੰਦੇ ਆ ਟੀਚਰ ਕਹਿੰਦੇ ਆ ਇਹ ਕਹ ਲਿਏ ਬਹੁਤ ਵੱਡਾ ਟਾਈਮ 8 ਜਾਂ 9 ਘੰਟੇ ਆਪਾਂ ਆਪਣਾ ਬੱਚਾ ਜਿਹੜਾ ਆ ਜਿਹਨੂੰ ਕਿ ਬਹੁਤ ਜ਼ਿਆਦਾ ਪਿਆਰ ਕਰਦੇ ਔਰ ਕਹਿੰਦੇ بڑا ਅਪਗ੍ਰੇਡ ਹੋਵੇ ਉਸ ਇਨਸਾਨ ਨੂੰ ਦੇ ਦਿੰਨੇ ਆ ਉਹ ਇਨਸਾਨ 8 ਘੰਟੇ ਉਹਦੇ ਤੇ ਵਰਕ ਕਰਦਾ ਹਮ ਔਰ ਉਹ ਇੱਕ ਤਰ੍ਹਾਂ ਦੀ ਜਿਹੜੀ ਸਾਫ ਕਹੋ ਮਿਲ ਕੋਰਾ ਕਾਗਜ਼ ਦੇ ਕੋਰਾ ਕਾਗਜ਼ ਹੁੰਦਾ ਉਹਦੇ ਤੇ ਉਹ ਅਧਿਆਪਕ ਲਿਖਦਾ ਸਭ ਕੁਝ ਹਮ ਉਹਦੀ ਲਾਈਫ ਕੀ ਆ ਉਹਦੀ ਸਿੱਖਿਆ ਕੀ ਆ ਉਹ ਇਨਸਾਨ ਜਿਹੜਾ ਲਿਖਦਾ ਉਹਨੂੰ ਆਪਾਂ ਅਧਿਆਪਕ ਕਹਿੰਦੇ ਟੀਚਰ ਕਹਿੰਦੇ ਆ ਜਾਂ ਗੁਰੂ ਕਹਿੰਦੇ ਆ ਆਪਾਂ ਉਹਦੇ ਤੋਂ ਸਿੱਖਿਆ ਲੈ ਕੇ ਹੀ ਉਹਨੇ ਆਪਣਾ ਜਿਹੜਾ ਕੋਰੇ ਪੰਨ ਤੋਂ ਜਾ ਕੇ ਬਿਲਕੁਲ ਬਲੈਂਕ ਚੀਜ਼ ਤੋਂ ਅਪਗ੍ਰੇਡ ਹੋਣਾ ਦਾ ਜਾਂ ਡਾਕਟਰ ਬਹੁਤ ਇੰਪੋਰਟੈਂਟ ਪਾਰਟ ਯਸ ਜੀ ਜੀ ਤੇ ਹੁਣ ਇਹ ਗੱਲ ਕਰਦੇ ਆਂ ਜੀ ਪਿਛਲੇ ਸਮੇਂ ਦੇ ਦੌਰਾਨ ਜਿੱਦਾਂ ਲਾਕਡਾਊਨ ਰਿਹਾ ਹੈ ਨਾ ਕਰੋਨਾ ਮਹਾਮਾਰੀ ਨਾਲ ਸਾਰੇ ਜੰਗ ਲੜ ਰਹੇ ਆਂ ਤੇ ਸਭ ਤੋਂ ਜ਼ਿਆਦਾ ਜਿਹੜਾ ਅਸਰ ਹੈ ਉਹ ਬੱਚਿਆਂ ਤੇ ਪਿਆ ਵਿਦਿਆਰਥੀਆਂ ਤੇ ਪਿਆ ਕਿਉਂਕਿ ਆਨਲਾਈਨ ਪੜਨ ਬਾਰੇ ਇਸ ਤੋਂ ਪਹਿਲਾਂ ਜ਼ਿਆਦਾ ਨਹੀਂ ਸੋਚਿਆ ਗਿਆ ਸੀਗਾ ਇਹ ਨਹੀਂ ਸੋਚਿਆ ਗਿਆ ਸੀ ਕਿ ਸਾਰੀਆਂ ਹੀ ਕਲਾਸਾਂ ਜਿਹੜੀਆਂ ਆ ਉਹ ਆਨਲਾਈਨ ਪੜਨਗੀਆਂ ਕੀ ਅਸਰ ਪਿਆ ਇਹਦਾ ਬੱਚਿਆਂ ਤੇ ਦੇਖੋ 21 ਮਾਰਚ ਤੱਕ ਕਹਿ ਲਿਏ 21 ਮਾਰਚ 2020 ਤੱਕ ਹੂੰ ਹੂੰ ਆਪਾਂ ਨੂੰ ਕਿਸੇ ਨੂੰ ਨਹੀਂ ਬੀਇੰਗ ਅ ਮੈਨੂ ਵੀ ਪ੍ਰਿੰਸੀਪਲ ਕਿਸੇ ਨੂੰ ਨਹੀਂ ਪਤਾ ਸੀ ਕੀ ਚੀਜ਼ ਆਉਣ ਵਾਲੀ ਆ ਹੂੰ 22 ਮਾਰਚ ਨੂੰ ਜਦੋਂ ਲਾਕਡਾਊਨ ਲੱਗਾ ਤਾਂ ਬਿਲਕੁਲ ਪ੍ਰੋਪਰ ਲਾਕਡਾਊਨ ਸੀ ਉਹਦੇ ਬਾਅਦ ਬੱਚੇ ਜਿਹੜੇ ਕਿ ਬਾਹਰ ਨਿਕਲ ਕੇ ਜਾਂ ਆਪਣੇ ਇੰਸਟੀਟਿਊਸ਼ਨ ਦੇ ਅੰਦਰ ਜਾ ਕੇ ਪਰਫੁੱਲਤ ਹੁੰਦੇ ਸੀ ਉਹਨਾਂ ਨੂੰ ਇੰਡੋਰ ਕਰ ਦਿੱਤਾ ਗਿਆ ਹੂੰ ਤੇ ਮੈਨੂੰ ਤਾਂ ਇਹ ਮਹਿਸੂਸ ਹੁੰਦਾ ਵੀ ਜੇ ਕਿਸੇ ਨੂੰ ਇਨਸਾਨ ਨੂੰ ਇਨਡੋਰ ਆਪਾਂ ਮਾਰਕ ਕਰਦੇ ਵੀ ਇਹਦੇ ਵਿੱਚ ਰਹਿਣਾ ਤਾਂ ਮੀਨਿੰਗ ਉਹਦੇ ਤੇ ਕੀ ਬੀਤਦੀ ਹੋਗੀ ਬਿਲਕੁਲ ਬਿਲਕੁਲ ਔਰ ਉਹ ਸਾਡੇ ਬੱਚਿਆਂ ਦੇ ਉੱਪਰ ਬੀਤੀ ਆ ਪਰ ਮੈਂ ਬਹੁਤ ਵਿਲੱਖਣ ਬੜਾ ਮੀਨਜ਼ ਪ੍ਰਸ਼ੰਸਾ ਕਰਦਾ ਆਪਣੇ ਬੱਚਿਆਂ ਦੀ ਕਿ ਉਸ ਰਾਤ ਚੋਂ ਵੀ ਨਿਕਲ ਕੇ ਆਏ ਹਾਲੇ ਕਿ ਬਹੁਤ ਵੱਡਾ ਟਾਈਮ ਸੀਗਾ ਹੂੰ ਤਕਰੀਬਨ 6-7 ਮਹੀਨਿਆਂ ਤੋਂ ਬਾਅਦ ਜੀ ਥੋੜੀ ਜੀ ਆਸ ਹੋਈ ਵੀ ਸ਼ਾਇਦ ਸਾਡੇ ਸਕੂਲ ਜਾਂ ਸਾਡੇ ਕਾਲਜ ਖੁੱਲ ਜਾਣਗੇ ਉਹਦੇ ਨਾਲ ਮਨ 'ਚ ਇਹ ਵੀ ਹੁੰਦਾ ਹੂੰ ਜਦੋਂ ਆਪਾਂ ਘਰ 'ਚ ਬੈਠੇ ਆ ਜੀ ਬੱਚਿਆਂ ਦੇ ਮਾਂਚ ਵਿੱਚ ਦਾ ਮੇਰਾ ਸਾਲ ਵੇਸਟ ਹੋ ਰਿਹਾ ਕਿਉਂਕਿ ਮਾਰਚ ਤੋਂ ਬਾਅਦ April ਦੇ ਅੰਦਰ ਉਹਨਾਂ ਦੇ ਐਗਜ਼ਾਮ ਹੋਣੇ ਸੀ ਬਿਲਕੁਲ ਉਹ ਐਗਜ਼ਾਮ ਦੀ ਪ੍ਰੈਪਰੇਸ਼ਨ 80 ਤੋਂ 90% ਕਰ ਚੁੱਕੇ ਸੀ ਜੀ ਬਿਲਕੁਲ ਜੇ 90% ਪ੍ਰਪੇਅਰ ਹੋਇਆ ਹੋਵੇ ਵਿਦਿਆਰਥੀ ਔਰ ਉਹਨੇ ਐਗਜ਼ਾਮ 'ਚ ਬੈਠਣਾ ਹੋਵੇ ਉਹਨੂੰ ਕਹੇ ਵੀ ਨਹੀਂ ਰੋਕ ਲਓ ਤਾਂ ਉਹ ਇਨਸਾਨ ਤੇ ਉਹ ਵਿਦਿਆਰਥੀ ਤੇ ਜੋ ਬੀਤੀ ਹੈ ਕਿ ਨਹੀਂ ਤਾਂ ਉਹਨੂੰ ਆਪਾਂ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਉਹ ਵਿਦਿਆਰਥੀ ਉਹ ਮਾਪੇ ਬਹੁਤ ਚੰਗੇ ਨੇ ਜਿਨ੍ਹਾਂ ਨੇ ਆਪਣੇ ਵਿਦਿਆਰਥੀਆਂ ਦੀ ਜਿਹੜੀ ਸਾਈਕੋਲੋਜੀਕਲੀ ਉਹਨੂੰ ਅਪ ਰੱਖਿਆ ਹੂੰ ਤੇ ਅਪ ਰੱਖ ਕੇ ਡਿਪਰੈਸ਼ਨ ਚ ਨਹੀਂ ਹਾੜ ਦਿੱਤਾ ਨਹੀਂ ਤਾਂ ਦੋਸਤ ਬਈ ਸਿਚੁਏਸ਼ਨ ਇਦਾਂ ਦੀ ਕਈ ਬਹੁਤ ਇੰਟੈਲੀਜੈਂਟ ਜਿਹੜੇ ਬੱਚੇ ਹੁੰਦੇ ਨੇ ਹੂੰ ਉਹਨਾਂ ਨੂੰ ਹੁੰਦਾ ਅਸੀਂ ਸਕੋਰ 100 ਬਈ 100 ਕਰ ਦੇਣਾ ਔਰ ਸ਼ੋਰ ਹੁੰਦਾ ਵੀ ਕੱਲ ਪੇਪਰ ਹੋ ਜਾਣਾ ਰਾਈਟ ਪੇ ਜੇ ਉਹਨੂੰ ਕਹਿ ਦਈਏ ਨਹੀਂ ਅੱਜ ਨਹੀਂ ਤੇਰਾ ਪੇਪਰ ਹੋਣਾ ਤਾਂ ਉਹਦੇ ਤੇ ਸਾਈਕੋਲੋਜੀਕਲੀ ਜਿਹੜਾ ਝਟਕਾ ਲੱਗਦਾ ਕਿ ਨਹੀਂ ਉਹ ਜੇ ਕੋਈ ਰੀਅਲੀ ਮਹਿਸੂਸ ਕਰੇ ਤਾਂ ਉਹਨੂੰ ਪਤਾ ਲੱਗਦਾ ਵੀ ਕੀ ਆ ਜੀ ਜੀ ਪਰ ਉਸ ਚੋਂ ਵੀ ਬਾਹਰ ਸਾਡੇ ਬੱਚੇ ਨਿਕਲ ਗਏ ਫੇ ਇਹਨਾਂ ਨੇ ਪਰਫ ਤਾਂ ਮੈਂ ਇਸ ਵਧਾਈ ਦੇ ਪਾਤਰ ਨੇ ਪੰਜਾਬ ਦੇ ਸਟੂਡੈਂਟਸ ਬਿਲਕੁਲ ਵਧਾਈ ਦੇ ਪਾਤਰ ਤੁਸੀਂ ਵੀ ਹੋ ਔਰ ਜਿਸੀ ਗੱਲ ਕੀਤੀ ਕਿ ਮਾਨਸਿਕ ਤੌਰ ਤੇ ਮਜ਼ਬੂਤ ਬੱਚੇ ਵੀ ਰਹੇ ਵਿਦਿਆਰਥੀ ਵੀ ਰਹੇ ਤੇ ਉਹਨਾਂ ਦੇ ਮਾਪੇ ਵੀ ਰਹੇ ਹੁਣ ਅਸੀਂ ਫਿਰ ਗੁਰੂ ਵੱਲ ਆਵਾਂਗੇ ਟੀਚਰ ਵੱਲ ਆਵਾਂਗੇ ਆਨਲਾਈਨ ਐਜੂਕੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਆਨਲਾਈਨ ਸਿੱਖਿਆ ਦੇ ਬਾਰੇ ਅਧਿਆਪਕਾਂ ਦੇ ਵਿਚਾਰ ਕੀ ਸੀ ਤੇ ਖਾਸ ਤੌਰ ਤੇ ਰੁਝਾਨ ਕਿਸ ਤਰ੍ਹਾਂ ਦਾ ਸੀ ਦੇਖੋ ਉਸ ਮੂਮੈਂਟ ਦੇ ਉੱਪਰ ਇਦਾਂ ਦਾ ਮਹਿਸੂਸ ਹੁੰਦਾ ਸੀ ਕਿ ਇਹ ਪੰਜਾਬ ਦੇ ਜਾਂ ਇੰਡੀਆ ਦੇ ਬੱਚਿਆਂ ਦਾ ਭਵਿੱਖ ਕੀ ਹੈ ਕਿਤੇ ਇਹ ਨਾ ਹੋ ਜੇ ਵੀ ਸਾਲ ਵੇਸਟ ਹੋ ਜੇ ਬਹੁਤ ਕੀਮਤੀ ਸਾਲ ਜਿਹੜਾ ਵੇਸਟ ਹੋ ਸਕਦਾ ਸੀ ਜਵਾਨੀ ਦਾ ਤੇ ਉਹਦੇ ਚ ਟੀਚਰਸ ਨੂੰ ਵੀ ਲੱਗਾ ਵੀ ਨਹੀਂ ਕੁਛ ਨਾ ਕੁਛ ਡਿਫਰੈਂਟ ਕਰਨਾ ਚਾਹੀਦਾ ਹੱਲੇ ਕਿ ਜੋ ਆਪਣੇ ਇਨਫਰਾਸਟ੍ਰਕਚਰ ਹੈਗਾ ਉਹ 100% ਨਹੀਂ ਹੈਗਾ ਮੇਬੀ ਉਹਨੂੰ 70% परसंग, 80% ਕਹਿ ਲਈਏ ਕਈਆਂ ਦੀ ਪੋਜੀਸ਼ਨ ਹੋਰ ਵੀ ਹੋ ਸਕਦੀ ਆ ਪਰ ਉਸ ਦੇ ਨਾਲ ਇੱਕ ਤਰ੍ਹਾਂ ਨਾਲ এনवायरमेंट ਤਿਆਰ ਕੀਤਾ ਗਿਆ ਤਾਂ ਕਿ ਆਨਲਾਈਨ ਕੰਟੀਨਿਉਟੀ ਰੱਖ ਸਕੀਏ ਪਹਿਲਾਂ ਤਾਂ ਮਨਚ ਸਿਰਫ ਇਹ ਨਾ ਹੁੰਦਾ ਸੀ ਵੀ ਆਨਲਾਈਨ ਦੇ ਨਾਲ ਥੋੜੀ ਜੀ ਸਟਡੀ ਕੰਟੀਨਿਉਟੀ ਰਹੂਗੀ ਤਾਂ ਕਿ ਬੱਚੇ ਤੇ ਗੁਰੂ ਦਾ ਰਿਲੇਸ਼ਨ ਜਿਹੜਾ ਕੰਟੀਨਿਊ ਰਹਿਣਾ ਚਾਹੀਦਾ ਤਾਂ ਕਿ ਕੋਈ ਸਾਈਕੋਲੋਜੀਕਲੀ ਇੰਪੈਕਟ ਨਾ ਪੈ ਜਾਏ ਹੂੰ ਤੇ ਉਹ ਜਦੋਂ ਆਨਲਾਈਨ ਸ਼ੁਰੂ ਕੀਤੀ ਤਾਂ ਬੱਚਿਆਂ ਦਾ ਇੰਟਰਸਟ ਵੀ ਆ ਗਿਆ ਯਾਨੀ ਬੱਚਿਆਂ ਨੂੰ ਵੀ ਲੱਗਾ ਕਿਉਂਕਿ ਘਰੇ ਦੇ ਹਵ ਟੂ ਫਰੀ ਸੀ ਜਦੋਂ ਉਹ ਆਪਣੇ ਟੀਚਰ ਨਾਲ ਇੰਟਰੈਕਸ਼ਨ ਕਰਨ ਲੱਪੇ ਉਸ ਟੀਚਰ ਨਾਲ ਕਰਨ ਲੱਪੇ ਜਿਹਦੇ ਤੇ ਉਹਨਾਂ ਨੂੰ ਵਿਸ਼ਵਾਸ ਹੁੰਦਾ ਜਿਹਦੇ ਤੇ ਉਹਨਾਂ ਨੂੰ ਹੁੰਦਾ ਵੀ ਇਹ ਤਾਂ ਮੇਰਾ ਗੁਰੂ ਆ ਜੋ ਕਹਦੇ ਵੀ ਦੈਟ ਮੀਨਸ ਮੇਰੇ ਲਈ ਅਸੈਪਟੇਬਲਟੀ ਆ ਈਵਨ ਮਾਂ ਪਿਓ ਕਹਦਣ ਸਟੂਡੈਂਟ ਉਹ ਨਹੀਂ ਮੰਨਦਾ ਜਿਹੜਾ ਉਹਦਾ ਟੀਚਰ ਕਹਦੇ ਉਹ ਉਹਨੇ ਪਰਫੈਕਟ ਮੰਨਣਾ ਪਵਾ ਤੁਸੀਂ ਕੋਈ ਐਲ ਕੇ ਜੀ ਦਾ ਜਾਂ ਕੋਈ ਹੋਰ ਛੋਟੀ ਕਲਾਸ ਦਾ ਬੱਚਾ ਲੈ ਲਓ ਜੋ ਮੈਡਮ ਨੇ ਕਹਤਾ ਕਿ ਨਹੀਂ ਉਹ ਲਕੀਰ ਆ ਉਹ ਚੇਂਜ ਨਹੀਂ ਹੋਦਾ ਪਾਪਾ ਜਾਂ ਮੰਮਾ ਜੋ ਮਰਜ਼ੀ ਕਰੇ ਉਹ ਨਹੀਂ ਅਸੈਪਟੇਬਲ ਹੁੰਦੀ ਸੋ ਉਸ ਦੌਰ ਚੋਂ ਜਦੋਂ ਨਿਕਲਿਆ ਕੰਟੀਨਿਉਟੀ ਕਰਕੇ ਫਿਰ ਥੋੜਾ ਜਿਹਾ ਮਹਿਸੂਸ ਆ ਵੀ ਸ਼ਾਇਦ ਆਪਾਂ ਇਹਨਾਂ ਦਾ ਸਾਲ ਬਚਾ ਸਕਦੇ ਹਾਂ ਜੀ ਫਿਰ ਉਦੋਂ ਫੈਸਲੇ ਵੀ ਹੋਏ ਵੀ ਆਪਾਂ ਜਿਹੜਾ ਐਗਜ਼ਾਮ ਵੀ ਆਨਲਾਈਨ ਲੈਣਾ ਚਾਹੀਦਾ ਕਿਉਂਕਿ ਪ੍ਰੋਪਰ ਪ੍ਰੀਕਾਸ਼ਨ ਰੱਖਣੀ ਚਾਹੀਦੀ ਸੀ ਉਦੋਂ ਕਿਉਂਕਿ ਆਪਾਂ ਸਾਰੇ ਬਹੁਤ ਡਰੇ ਹੋਏ ਸੀ ਪੇਰੈਂਟਸ ਵੀ ਅਸੈਪਟ ਨਹੀਂ ਕਰਦੇ ਸੀ ਕਿ ਅਸੀਂ ਆਪਣਾ ਬੱਚੇ ਨੂੰ ਘਰੋਂ ਬਾਹਰ ਭੇਜੀਏ ਜੀ ਔਰ ਟੀਚਰਾਂ ਨੂੰ ਵੀ ਇਸੇਗਾ ਵੀ ਉਹਨਾਂ ਨੂੰ ਵੀ ਲੱਗਦਾ ਸੀ ਵੀ ਅਸੀਂ ਵੀ ਇਹਦੇ ਨਾਲ ਇਫੈਕਟ ਹੋ ਸਕਦੇ ਹਾਂ ਹੂੰ ਤੇ ਉਹ ਡਿਸਟੈਂਸ ਜਿਹੜਾ ਸੋਸ਼ਲ ਡਿਸਟੈਂਸ ਜਾਂ ਮੇਨਟੇਨ ਕਰਕੇ ਜਾਂ ਐਸਓਪੀ ਨੂੰ ਫੋਲੋ ਕਰਕੇ ਆਨਲਾਈਨ ਐਗਜ਼ਾਮ ਕਰਵਾਏਗੇ ਉਹਦੀਆਂ ਏਵੈਲੂਏਸ਼ਨ ਵੀ ਹੋਈਆਂ ਤੇ ਉਹਦੇ ਨਾਲ ਮੈਂ ਇੰਨਾ ਜ਼ਰੂਰ ਕਹਿਣਾ ਵੀ ਸਟੂਡੈਂਟਸ ਨਾਲ ਟੀਚਰ ਨਾਲ ਪਲੱਸ ਐਡਮਿਨਿਸਟ੍ਰੇਸ਼ਨ ਪਲੱਸ ਮੀਡੀਆ ਪਰਸਨਸ ਇਹਨਾਂ ਨਾਲ ਇੱਕ ਸਕਸੈਸਫੁਲ ਐਗਜ਼ਾਮ ਕੰਡਕਟ ਕਰਵਾ ਲਿਆ ਗਿਆ ਤਾਂ ਕਿ ਬੱਚਿਆਂ ਦਾ ਸਾਲ ਵੇਸਟ ਨਹੀਂ ਹੋਣ ਦਿੱਤਾ ਉਹਦੇ ਨਾਲ ਥੋੜਾ ਜਿਹਾ ਰੀਲਿਫ ਬੱਚਿਆਂ ਨੂੰ ਹੋ ਗਿਆ ਬਿਲਕੁਲ ਠੀਕ ਹੈ ਤੇ ਬੱਚਿਆਂ ਨੂੰ ਲੱਗਾ ਵੀ ਨਹੀਂ ਕੰਟੀਨਿਊ ਚੱਲਦੀ ਆਪਾਂ ਜੀ ਤੇ ਜੇ ਗੱਲ ਕਰੀਏ ਕਿ ਆਨਲਾਈਨ ਬੱਚੇ ਪੜ੍ਹ ਰਹੇ ਨੇ ਐਗਜ਼ਾਮਸ ਵੀ ਦੇ ਰਹੇ ਨੇ ਪਰ ਜਿੱਥੇ ਪ੍ਰੈਕਟੀਕਲ ਵਰਕ ਦੀ ਗੱਲ ਆਉਂਦੀ ਹੈ ਹੈਨਾ ਪ੍ਰੈਕਟੀਕਲ ਜਿਹੜੇ ਵਿਸ਼ੇ ਹੁੰਦੇ ਜਿਹੜੇ ਪ੍ਰੈਕਟੀਕਲਸ ਲਿੱਤੇ ਜਾਂਦੇ ਉਹ ਫਿਰ ਕਿੱਦਾਂ ਮਮਕਨ ਹੈ ਆਨਲਾਈਨ ਜਦੋਂ ਫਸਟ ਐਗਜ਼ਾਮ ਆਨਲਾਈਨ ਲਿੱਤਾ ਗਿਆ ਜੀ ਉਸ ਵੇਲੇ ਪ੍ਰੈਕਟੀਕਲ ਜਿਹੜੇ ਨੇ ਉਹ ਵੀ ਆਪਾਂ ਇਹ ਕਹਿ ਲੀਏ ਵੀ ਅਸੀਂ ਆਨਲਾਈਨ ਹੀ ਲੱਤੇ ਨੇ अच्छा दैट मींस परफॉर्म नहीं कराया गया ओदे च वाइवा ਲੈ ਲੀਦਾ ਹੈਗਾ ਤਾਂ ਕਿ ਉਹਨੂੰ ਕੁਝ ਕੁਐਸਚਨ ਉਸ ਪ੍ਰੈਕਟੀਕਲ ਬਾਰੇ ਕਰੋ ਜੋ वाइवा ਰਾਈਟ ਦੇ ਰਿਹਾ ਤੇ ਉਹਦੇ ਤੇ ਐਨਾਲਿਸਿਸ ਕੀਤਾ ਗਿਆ दैट मींस ਉਹਦੀ ਪ੍ਰੈਕਟੀਕਲ ਚ ਵੀ ਥਿਉਰੀ ਬੇਸ ਤੇ ਐਨਾਲਿਸਿਸ ਕੀਤਾ ਗਿਆ ਵੀ ਜੋ ਨੇ ਕਰੰਟ ਦੱਸਿਆ ਉਹਦੇ ਤੇ ਐਨਾਲਿਸਿਸ ਕਰਕੇ ਉਹਦੇ ਅਕੋਰਡਿੰਗ ਟੂ ਦਾ ਸਕੋਰ ਕੀਤਾ ਗਿਆ ਤਾਂ ਕਿ ਉਹਦਾ ਨਾਂ ਨਾਲੇ ਉਹਦੀ ਹੈਲਥ ਰਾਈਟ ਹੈ ਜੀ ਨਾਲੇ ਉਹਦਾ ਜਿਹੜਾ ਸਾਲ ਬੇਸ ਨਾ ਹੋਵੇ ਉਹਦਾ ਸੋਲੂਸ਼ਨ ਇਹ ਕੱਢਿਆ ਗਿਆ ਫਿਰ ਟਾਈਮ ਨਿਕਲ ਗਿਆ ਫਿਰ ਥੋੜਾ ਜਿਹਾ ਮਾਹੌਲ ਰਾਈਟ ਹੋ ਗਿਆ ਫਿਰ ਹੁਣ ਜਿਹੜੇ ਹੁਣ ਐਗਜ਼ਾਮ ਜਿਹੜੇ ਚੱਲਦੇ ਪਏ ਨੇ ਇਹਨਾਂ ਚ ਵੀ ਹੋਇਆ ਵੀ ਮੈਕਸਿਮ ਦਾ ਸਟੱਡੀ ਜਿਹੜੀ ਆਨਲਾਈਨ ਕਰਾਈ ਜਾਈ ਜੀ ਅਸੀਂ ਵੀ ਐਸੈਪਟ ਕਰਦੇ ਟੀਚਰ ਵੀ ਐਸੈਪਟ ਕਰਦੇ ਨੇ ਔਰ ਆਨਲਾਈਨ ਸਟੱਡੀ ਜਿਹੜੀ ਟੀਚਰ ਨੇ ਜਿਹੜੀ ਕਰਵਾਈ ਰਹੀ ਇੱਕ ਤਰ੍ਹਾਂ ਦਾ ਮੈਂ ਕਹਣਾ ਉਹ ਟੀਚਰਾਂ ਦਾ ਗਹਿਣਾ ਆ ਹੂੰ ਉਹਨਾਂ ਨੇ ਆਪਣਾ ਆਨਲਾਈਨ ਚੀਜ਼ਾਂ ਸਾਰੀਆਂ ਆਈਟੀ ਪ੍ਰਪੇਅਰ ਕਰ ਲੀਆਂ ਨੇ ਜੇ ਹੁਣ ਵੀ ਮਾਹੌਲ 'ਚ ਜਾਣਗੇ ਤਾਂ ਮੈਨੂੰ ਲੱਗਦਾ ਬਹੁਤ ਚੰਗੀ ਤਰ੍ਹਾਂ ਪੜਾਉਣਗੇ ਕਿਉਂਕਿ ਸਮਾਰਟ ਜਿਹੜੇ ਰੂਮਸ ਸੀਗੇ ਕਲਾਸਰੂਮ ਉਹ ਬਹੁਤ ਪਹਿਲਾਂ ਡਵੈਲਪ ਹੋ ਚੁੱਕੀ ਸੀ ਪੰਜਾਬ ਵਿੱਚ ਉਹਦਾ ਪ੍ਰੋਪਰ ਯੂਜ਼ ਨਹੀਂ ਹੁੰਦਾ ਸੀ ਹਮ ਹੁਣ ਹੋਏਗਾ ਤੇ ਹੁਣ ਉਹ ਯੂਜ਼ ਹੋਗਾ ਹੁਣ ਜਿਹੜੀ ਜਿਹੜੀ ਸਟੱਡੀ ਚੱਲੂਗੀ ਨੈਕਸਟ ਜਿਹੜੀ ਉਹ ਆਨਲਾਈਨ ਟੈਕਨੀਕਸ ਜਾਂ 스마트 ਕਲਾਸਰੂਮ ਪਲੱਸ ਆਫਲਾਈਨ ਨਾਲ ਚੱਲੂਗੀ ਉਹ ਦੈਟ ਸ਼ੁਡ ਬਿਹਤਰ ਪਰ ਮੈਂ ਕਹਿਣਾ ਵੀ ਪਰਮਾਤਮਾ ਦਾ ਆਪਾ ਹਰ ਵੇਲੇ ਪੋਜ਼ਿਟਿਵਿਟੀ ਲੈਣੀ ਚਾਹੀਦੀ ਆ ਵੀ ਕੋਵਿਡ-19 ਕਰਕੇ ਸਾਨੂੰ ਇੱਕ ਨਵੀਂ ਐਜੂਕੇਸ਼ਨ ਦੇਣ ਦਾ ਮਾਹੌਲ ਤਿਆਰ ਕਰ ਦਿੱਤਾ ਹੈ। ਉਹ ਅਸੀਂ ਕਿੰਨਾ ਕੁ ਸਕਸੈਸਫੁਲ ਉਹਦੇ ਤੇ ਦੇਖਦੇ ਹਾਂ। ਬਿਲਕੁਲ ਇੱਕ ਨਵੀਂ ਸੋਚ ਜਿਹੜੀ ਹੈ ਸਾਡੇ ਅੰਦਰ ਡਵੈਲਪ ਹੋਈ ਹੈ ਐਡਵਾਂਸ ਲੈਵਲ ਦੀ। ਅਸੀਂ ਜੇ ਗੱਲ ਕਰੀਏ ਇਮਤਿਹਾਨ ਦੀ ਤਿਆਰੀ ਜਿਹੜੀ ਹੈ ਉਹ ਆਨਲਾਈਨ ਤੇ ਇਮਤਿਹਾਨ ਜਦੋਂ ਹੁੰਦੇ ਆ ਤਾਂ ਉਹ ਆਫਲਾਈਨ ਕਰਾਈ ਜਾਂਦੇ ਆ। ਇਹਦੇ ਵਿੱਚ ਕੀ ਕਾਰਨ ਸੀ ਔਰ ਕੀ ਫਰਕ ਦੇਖਦੇ ਹੋ ਤੁਸੀਂ? ਜੀ ਦੇਖੋ ਇਹ ਜਿਹੜੀ ਆਫਲਾਈਨ ਐਗਜ਼ਾਮ ਕੰਡਕਟ ਹੋ ਰਹੇ ਨੇ ਅਸਵਲਿ ਚੱਲ ਰਹੇ ਨੇ ਤਕਰੀਬਨ ਇਦੇ ਤੋਂ ਪਹਿਲਾ ਮਹੀਨਾ ਡੇਡ ਮਹੀਨਾ ਪਹਿਲਾਂ ਬੱਚਿਆਂ 'ਚ ਥੋੜਾ ਜਿਹਾ ਇਹ ਸਿਗਾ ਵੀ ਜਦ ਤੁਸੀਂ ਆਨਲਾਈਨ ਸਟੱਡੀ ਕਰਾਈ ਹੈ ਤੇ ਆਫਲਾਈਨ ਐਗਜ਼ਾਮ ਕਿਉਂ ਲੈਨੇ ਹੋ ਹਮ ਤੇ ਕਿਤੇ ਨਾ ਕਿਤੇ ਮੰਚ 'ਚ ਮੇਰੇ ਵੀ ਆਜਨ ਐਜੂਕੇਸ਼ਨਰਸ ਲੱਗਦਾ ਸੀਗਾ ਵੀ ਇਹ ਥੋੜਾ ਜਿਹਾ ਇਹਨਾਂ ਨਾਲ ਤੱਕਾ ਹੋ ਰਿਹਾ ਹਮ ਪਰ ਜਿਹੜਾ ਐਗਜ਼ਾਮ ਆਫਲਾਈਨ ਹੁੰਦਾ ਕਣੀ ਜੀ ਉਹ ਆਨਲਾਈਨ ਦਾ ਕੰਪੈਰੀਜ਼ਨ ਨਹੀਂ ਹੈਗਾ ਨਹੀਂ ਹੈ ਬਿਲਕੁਲ ਉਹ ਤਾਂ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਗੁੱਡ ਸਿਟੀਜ਼ਨ ਬਣਾਉਣਾ ਇੱਕ ਚੰਗੀ ਸਿੱਖਿਆ ਦੇਣੀ ਆ ਇਹਨਾਂ ਨੂੰ ਉਹ ਚੀਜ਼ ਦੇਣੀ ਤਾਂ ਕਿ ਇੱਕ ਗਲਤ ਸਾਈਟ ਤੇ ਨਾ ਜਾਣ ਆਨਲਾਈਨ ਥੋੜੀ ਜੀ ਦਾ ਪੰਗ ਨਹੀਂ ਕਹਿ ਲੀਏ ਹਮ ਇਟ ਇਜ਼ ਨਾਟ ਦੈਟ ਪਰਫੈਕਟ ਵਨ ਯੂ ਕੈਨ ਜੀ ਤੇ ਉਹ ਜਿਹੜੀਆਂ ਅਸੀਂ ਚੀਜ਼ਾਂ ਦੇਖੀਆਂ ਕਈ ਚੀਜ਼ਾਂ ਗਲਤ ਉਦੋਂ ਹੋਈਆਂ ਨੇ ਹਮ ਉਹਨਾਂ ਨੇ ਜ਼ਰੂਰ ਕੰਪੈਲ ਕੀਤਾ ਟੀਚਰ ਨੂੰ ਜਾਂ ਪ੍ਰਿੰਸੀਪਲ ਨੂੰ ਜਾਂ ਐਡਮਿਨਿਸਟ੍ਰੇਸ਼ਨ ਵੀ ਥੋੜਾ ਜਿਹਾ ਆਪਾਂ ਆਫਲਾਈਨ ਵੱਲ ਚਲੀਏ ਹਮ ਹਮ ਬੱਚਿਆਂ ਨੂੰ ਆਪਾਂ ਸਮਝਾਈਏ ਹਮ ਫਿਰ ਇੱਕ ਸੋਲੂਸ਼ਨ ਕੱਢਿਆ ਗਿਆ ਜਿਹਦੇ ਚ ਗੁਰੂ ਨਾਨਕ ਯੂਨੀਵਰਸਿਟੀ ਨੇ ਸੋਲੂਸ਼ਨ ਇਹ ਕੱਢਿਆ ਸੀ ਵੀ ਆਪਾਂ ਚਲੋ ਐਗਜ਼ਾਮ ਜੇ ਆਪਾਂ ਲੈਣੇ ਇੱਕ ਮਹੀਨਾ ਅਸੀਂ ਪੋਸਟਪੋਨ ਕਰ ਦਿੰਨੇ ਆ ਉਹਦੇ 'ਚ ਆਪਾਂ 1 ਮਹੀਨਾ ਕਹਿ ਦਿੰਨੇ ਸਾਰੇ ਕਾਲਜ ਜਿਹੜੇ ਆਫਲਾਈਨ ਕਲਾਸਾਂ ਲਾ ਕੇ ਇਹਨਾਂ ਦੇ ਡਾਊਟਸ ਕਲੀਅਰ ਕਰ ਦੋ ਠੀਕ ਹੈ ਜੀ 1 ਮਹੀਨਾ ਉਹ ਦਿੱਤਾ ਗਿਆ ਉਹਦੇ ਬਾਅਦ ਫਿਰ ਦੇਖਿਆ ਗਿਆ ਵੀ ਨਹੀਂ ਹਾਲੇ ਵੀ ਸਾਈਕੋਲੋਜੀ ਕਲ ਅਫੈਕਟ ਹੈਗਾ ਤਾਂ ਫਿਰ ਇੱਕ ਫੈਸਲਾ ਕੀਤਾ ਗਿਆ ਵੀ ਜਿਹੜਾ ਪੇਪਰ ਆਊਗਾ ਉਹਦੇ 'ਚ ਸੈਕਸ਼ਨ ਜਿਹੜੇ ਨੇ ਉਹ ਖਤਮ ਕਰ ਦੋ ਉਹਦੇ 'ਚ ਇਹ ਹੋਇਆ ਵੀ 8 ਕੁਐਸਚਨ ਸੀ 5 ਅਟੈਂਪਟ ਕਰ ਲਓ ਵੀ ਜੇ ਤੁਸੀਂ 50% ਸਿਲੇਬਸ ਕਰ ਲੈਨੇ ਹੋ ਤਾਂ ਤੁਸੀਂ 100% ਅਟੈਂਪਟ ਕਰ ਲੈ ਅਟੈਂਪਟ ਕਰ ਲੈ ਤਾਂ ਥੋੜਾ ਜਿਹਾ ਬੱਚਿਆਂ ਤੋਂ ਇਹ ਦੂਰ ਹੋਇਆ ਸੈਕੰਡ ਨੇ ਕਹਤਾ ਵੀ ਜੇ ਕੋਵਿਡ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੁੰਦੀ ਬੱਚੇ ਨੂੰ ਤਾਂ ਉਹ ਜਿਹੜਾ ਫਰਵਰੀ 15 ਤੋਂ ਐਗਜ਼ਾਮ ਆਪਾਂ ਸ਼ੁਰੂ ਕੀਤਾ ਉਹ ਬੱਚਾ 1 ਅਪ੍ਰੈਲ ਨੂੰ ਦੇ ਸਕਦਾ ਆ ਉਹ ਇੱਕ ਆਪਸ਼ਨ ਲਾਉ ਦਿੱਤੀ ਫਿਰ ਉਹਦੇ ਬਾਅਦ ਹੋਰ ਕੀ ਆ ਵੀ ਹੋਰ ਹਾਲੇ ਵੀ ਇੰਪੈਕਟ ਜੇ ਤੁਹਾਡੇ ਲੱਗਦਾ ਵੀ ਕੋਈ ਤਾਂ ਕੋਈ ਨਹੀਂ ਜੇ ਇਹਨਾਂ ਐਗਜ਼ਾਮਾਂ ਦੇ ਅੰਦਰ ਕੰਪਾਰਟਮੈਂਟ ਆ ਜੂਗੀ ਕਿਸੇ ਦੀ ਤਾਂ ਉਹਨੂੰ ਫ੍ਰੀ ਚਾਂਸ ਫ੍ਰੀ ਆਫ ਕੋਸਟ ਜਿਹੜਾ ਕੋਈ ਪੈਸਾ ਨਹੀਂ ਯੂਨੀਵਰਸਿਟੀ ਚਾਰਜ ਕਰੂਗੀ ਉਹਨੂੰ ਫ੍ਰੀ ਚਾਂਸ ਦੇਊਗੀ ਉਹਦੇ ਚ ਹੋ ਜਾਵੇ ਫਿਰ ਲੱਗਾ ਬੱਚਿਆਂ ਨੂੰ ਯਸ ਵੀ ਮਾਹੌਲ ਰਾਈਟ ਐਨਵਾਇਰਨਮੈਂਟ ਰਾਈਟ ਬਣਦਾ ਤੇ ਬੱਚਿਆਂ ਨੇ ਬਹੁਤ ਹਮਲਾ ਮਾਰਿਆ ਇਸ ਵੇਲੇ 96 ਤੋਂ 97 ਪਰਸੈਂਟ ਪ੍ਰੈਜੈਂਸ ਹੈਗੀ ਆ ਪਰ ਇੰਨੀ ਕੀ ਨਾਰਮਲ ਵੇਚ ਹੁੰਦੀ ਆ ਤੇ بڑے ਐਗਜ਼ਾਮ ਪ੍ਰੋਪਰਲੀ ਚੱਲਦੇ ਪਏ ਨੇ ਤੇ ਪ੍ਰੈਕਟੀਕਲ ਵੀ ਅਸੀਂ ਇਦਾਂ ਕੀਤਾ ਇਹ ਬੱਚਿਆਂ ਦੇ ਜਦੋਂ ਇੱਕ ਮਹੀਨਾ ਮਿਲਿਆ ਉਹਦੇ ਚ ਛੋਟੇ ਛੋਟੇ ਗਰੁੱਪ ਬਣਾ ਕੇ ਪ੍ਰੈਕਟਿਸ ਕਰਵਾ ਦਿੱਤੇ ਤੇ ਐਸ ਵੇਲੇ ਪ੍ਰੈਕਟਿਕਲ ਵੀ ਅਸੀਂ ਆਫਲਾਈਨ ਹੀ ਲੈਂਦੇ ਨੇ ਬੱਚਿਆਂ ਨੇ ਬਹੁਤ ਖੁਸ਼ ਹੋ ਕੇ ਪ੍ਰੈਕਟਿਕਲ ਦਿੱਤੇ ਨੇ ਮਾਹੌਲ ਐਸ ਵੇਲੇ ਬੜਾ ਰਾਈਟ ਚੱਲਦਾ ਪੋਜੀਟਿਵ ਪੋਜੀਟਿਵ ਚੱਲ ਰਿਹਾ ਤੇ ਜੇ ਡਾਕਟਰ ਸਾਹਿਬ ਇਹ ਗੱਲ ਕੀਤੀ ਜਾਵੇ ਕਿ ਜਿਸ ਤਰ੍ਹਾਂ ਦਾ ਟਾਈਮ ਪਿੱਛੇ ਦੌਰ ਤੇ ਵਿੱਚ ਰਿਹਾ ਤੇ ਬੱਚਿਆਂ ਦਾ ਥੋੜਾ ਜਿਹਾ ਲਿੰਕ ਸਿੱਖਿਆ ਦੇ ਨਾਲ ਟੁੱਟ ਨਹੀਂ ਗਿਆ ਕਿ ਜਿੱਦਾਂ ਪਹਿਲੇ ਇੱਕ ਰੂਟੀਨ ਹੁੰਦਾ ਸੀ ਉੱਠਣਾ ਸਵੇਰੇ ਜਲਦੀ ਉੱਠਣਾ ਪੜ ਥੋੜਾ ਸਵੇਰੇ ਉੱਠ ਕੇ ਪੜਨਾ ਵੀ ਫਿਰ ਸਕੂਲ ਕਾਲਜ ਜਾਣਾ ਫਿਰ ਆ ਕੇ ਟਿਊਸ਼ਨਸ ਦਾ ਮਾਹੌਲ ਫਿਰ ਉਦਾਈ ਪੜਨਾ ਇਸ ਤੋਂ ਥੋੜੇ ਪਿੱਛੇ ਤਾਂ ਨਹੀਂ ਹੋ ਗਏ ਲਿੰਕ ਥੋੜਾ ਜਿਹਾ ਘਟਦਾ ਨਹੀਂ ਗਿਆ ਸੀਰੀਅਸ ਘਟਦਾ ਨਹੀਂ ਹੋ ਗਿਆ ਇਹ ਆਪਾਂ ਨੂੰ 100% ਅਕਸੈਪਟ ਕਰਨਾ ਚਾਹੀਦਾ ਈਵਨ ਐਜ਼ ਅ ਪ੍ਰਿੰਸੀਪਲ ਮੈਨੂੰ ਵੀ ਅਕਸੈਪਟ ਕਰਨਾ ਚਾਹੀਦਾ ਮੇਰੀ ਰੂਟੀਨ ਵੀ ਮੇਰਾ ਵੀ ਜਿਹੜਾ ਪਾਰਟ ਸਾਰਾ ਸੀ ਉਹ ਡਿਸਟਰਬ ਹੋਇਆ ਹੈ ਤੇ ਉਹ ਡਿਸਟਰਬ ਪਾਰਟ ਦੇ ਅੰਦਰ ਜੇ ਕਈ ਕਹ ਲੀਏ ਤਾਂ ਕਈ ਚੀਜ਼ ਸਿੱਖੀਆਂ ਵੀ ਬਾਤ ਨੇ ਹਮ ਲਾਈਕ ਮੇਰੇ ਕੇਸ ਕਹ ਲੀਏ ਮੈਂ ਪਹਿਲਾਂ ਤਾਂ ਐਸ ਅ ਪ੍ਰਿੰਸੀਪਲ ਵਰਕ ਕਰਦਾ ਸੀ ਫਿਰ ਮੈਂ ਕਰਮੀ ਮਾਲੀ ਦਾ ਕੰਮ ਵੀ ਕਰਨ ਲੱਗ ਪਿਆ ਤੂੰ ਮੈਂ ਫੁੱਲਾਂ ਨੂੰ ਬੜੇ ਲਾਗੋਂ ਦੇਖਿਆ ਹਮ ਤੇ ਉਹਨਾਂ ਦੀ ਲਾਈਫ ਨੂੰ ਵੀ ਮੈਨੂੰ ਇੰਜੋਏ ਕਰਨ ਦਾ ਮਿਲਿਆ ਵੀ ਯਸ ਕਿਦਾਂ ਕਰਦੇ ਇਹ ਤਾਂ ਠੀਕ ਆ ਬੱਚਿਆਂ ਦਾ ਪੜਾਅ ਜ਼ਰੂਰ ਸੀ ਵੀ এডੂਕੇਸ਼ਨ ਪੜਾਅ ਤੋਂ ਡਿੱਲੇਗੇ ਪਰ ਉਹਨਾਂ ਦੇ ਪੇਰੈਂਟਸ ਨੇ ਤਕਰੀਬਨ ਕੰਟਰੋਲ ਰੱਖ ਕੇ ਜੀ ਕੋਈ ਨਾ ਕੋਈ ਚੀਜ਼ ਡਿਵੈਲਪਮੈਂਟ ਕਰਾਈ ਆ ਜਿਹੜੇ ਬੱਚੇ ਨੂੰ ਮੈਨੂੰ ਤਾਂ ਲੱਗਦਾ ਕੋਨਾਂ ਲਈ ਇਹ ਸਿੱਖਿਆ ਹੋਈ ਆ ਵੀ ਇਹ ਪਾਰਟ ਵੀ ਲਾਈਫ 'ਚ ਜੇ ਆ ਗਿਆ ਅਗਣੀ ਤਾਂ ਮੈਨੂੰ ਲੱਗਦਾ ਬਰੇਵ ਸਟੂਡੈਂਟ ਬਣੇ ਹੋਣਗੇ ਇਹਨਾਂ 'ਚ ਬਰੇਵਨੈਸ ਆਈ ਹੋਗੀ ਵੀ ਨਹੀਂ ਕੋਈ ਨਹੀਂ ਅਸੀਂ ਹਰੇਕ ਮਾਹੌਲ ਨਾਲ ਹਰੇਕ এনवायरमेंट ਨਾਲ ਜੰਗ ਜਾਂ ਵੀ ਸਹਿ ਸਕਦੇ ਆ ਤੇ ਇਹ ਠੀਕ ਆ ਪੇਰੈਂਟਸ ਨੂੰ ਵੀ ਥੋੜੀ ਜੀ ਪ੍ਰੋਬਲਮ ਤਾਂ ਹੁੰਦੀ ਕਿਉਂਕਿ ਜੇ ਉਹਦੇ ਬੱਚੇ ਘਰ ਹੁੰਦੇ ਨੇ ਨੇਚੁਰਲੀ ਬੱਚੇ ਹੈਗੇ ਯੰਗ ਹੁੰਦੇ ਨੇ ਲੜਦੇ ਲੁੜਦੇ ਰਹਿੰਦੇ ਕੋਈ ਪ੍ਰੋਬਲਮ ਕ੍ਰੀਏਟ ਕਰਦੇ ਉਹ ਹੁੰਦੀਆਂ ਨੇ ਪਰ ਫਿਰ ਵੀ ਆਪਾਂ ਸਾਰੇ ਉਹਦੇ ਚੋਂ ਰਿਕਵਰ ਹੋ ਕੇ ਲਾਈਨ ਤੇ ਆ ਚੁੱਕੇ ਹਾਂ ਬਿਲਕੁਲ ਜੀ ਡਾਕਟਰ ਸਾਹਿਬ ਹੁਣ ਦੀ ਜੋ ਤਸਵੀਰ ਦੀ ਗੱਲ ਕਰੀਏ ਹੁਣ ਜਦੋਂ ਸਕੂਲ ਕਾਲਜਸ ਖੁੱਲ ਚੁੱਕੇ ਨੇ ਕਿੰਨੇ ਕ ਬੱਚੇ ਆ ਰਹੇ ਨੇ ਕੀ ਰੁਝਾਨ ਦੇਖ ਰਹੇ ਹੋ ਬੱਚਿਆਂ ਦਾ ਦੇਖੋ ਇਹ ਜਿਹੜੇ ਆਪਾਂ ਕਹੀਏ ਬੱਚਿਆਂ ਦੀ ਅਟੈਂਡੈਂਸ ਜਿਹੜੀ ਆ ਇਹ ਇਹ ਬੜਾ ਸੱਚ ਆ ਆਨਲਾਈਨ ਦੇ ਅੰਦਰ ਬੜੀ ਜਾਲ ਸੀ ਆਨਲਾਈਨ ਚ ਜ਼ਿਆਦਾ ਸੀ ਜ਼ਿਆਦਾ ਸੀ ਨਾ 70 ਤੋਂ 75% ਬੱਚੇ ਆ ਰਹੇ ਸੀ ਜੀ ਕਿਉਂਕਿ ਘਰ ਸੀ ਕਰ ਮਮੀ ਵੀ ਸਟ੍ਰਿਕਟ ਹੁੰਦੀ ਸੀ ਬੇਟਾ ਚੱਲ ਗਈ ਤੇ ਅਟੈਂਡ ਕਰਵਾ ਦਿੰਦੇ ਕਲਾਸਾਂ ਤੇ ਨੇਚੂਅਲੀ ਆਪਣੇ ਯੰਗ ਜਿਹੜੇ ਨੇ ਇਸ਼ਤਾਨ ਵੀ ਹੁੰਦੇ ਨੇ ਜਦੋਂ ਘਰੋਂ ਆ ਜਾਂਦੇ ਨੇ ਤਾਂ ਥੋੜਾ ਜਿਹਾ ਮਿਸਮੁਸ ਕਰ ਦਿੰਦੇ ਤੇ ਉਦੋਂ ਜਦੋਂ ਅਸੀਂ ਇੱਕ ਮਹੀਨੇ ਲਈ ਕਿਹਾ ਕਿ ਨਹੀਂ ਤੋ ਉਦੋਂ 25 ਤੋਂ 30% ਹੀ اٹੈਂਡੈਂਸ ਹੋਈ ਸੀਗੀ ਉਹ ਜ਼ਿਆਦਾ ਪੋਜ਼ਿਟਿਵ ਫਿਰ ਮੈਂ ਦੋਨੋਂ ਪਾਰਟ ਸਾਨੂੰ ਖੋਲਣੇ ਪਏ ਵੀ ਆਨਲਾਈਨ ਵੀ ਕਰ ਲੋ ਇਹਨਾਂ ਦੀਆਂ ਪ੍ਰੋਬਲਮ ਸੋਲਵ ਕਰ ਲੋ ਤੇ ਆਫਲਾਈਨ ਵੀ ਕਰ ਇੱਕ ਅੱਦਾਂ ਮੇਰੇ ਵਾਂਗੂ ਹੁੰਦਾ ਬੱਚਾ ਮੇਰੇ ਵਾਂਗੂ ਕਹਿ ਰਹੇ ਜੀ ਤੇ ਆ ਜੇ ਗੱਲ ਹੁਣੇ ਕੀਤੀ ਜਾਵੇ ਕਿ ਜਿਹੜੇ ਬੱਚੇ 10ਵੀਂ ਦੇ ਵਿੱਚ ਨੇ ਉਹ ਅੱਗੇ ਉਹ ਨਵੀਂ ਸਟਰੀਮ ਹੁਣ ਉਹਨਾਂ ਨੂੰ ਅੱਗੇ ਕਿਸੇ ਨੇ ਆਰਟਸ ਲੈਣੀ ਹੈ ਕਾਮਰਸ ਲੈਣੀ ਹੈ ਸਾਇੰਸ ਲੈਣੀ ਹੈ ਤੇ ਜੇ ਇਹਨਾਂ ਸਟਰੀਮਸ ਵੱਲ ਜਾਣਾ ਹੈ ਤੇ ਕੀ ਸੋਚਣਾ ਚਾਹੀਦਾ ਹੈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਦਾਂ ਸਬਜੈਕਟ ਜਿਹੜੇ ਉਹ ਚੁਣਨੇ ਚਾਹੀਦੇ ਨੇ ਨੇਚਰਲੀ ਜਦੋਂ 10th ਹੋ ਜਾਂਦੀ ਆ ਇਹ ਤਾਂ ਵੀ ਤੁਸੀਂ ਇੱਕ ਪਾਰਟ ਆਫ ਲਾਈਫ ਜਿਹੜਾ ਐਜੂਕੇਸ਼ਨ ਦਾ ਇੱਕ ਪਾਰਟ ਉਹਨੂੰ ਖਤਮ ਕਰ ਲੈਣੇ ਹੋ ਤੇ ਉਹਦੇ ਬਾਅਦ ਤੁਸੀਂ ਆਪਣੀ ਫਾਊਂਡੇਸ਼ਨ ਤੋਂ ਇਹ ਦੇਖਣਾ ਸ਼ੁਰੂ ਕਰ ਦਿੰਦੇ ਹੋ ਵੀ ਮੈਂ ਅੱਗੇ ਕੀ ਕਰਨਾ ਹੈ ਇਨ ਫਿਊਚਰ ਉਹਦੇ ਚ ਬੱਚੇ ਨੂੰ ਜ਼ਰੂਰ ਦੇਖਣਾ ਚਾਹੀਦਾ ਕਿਉਂਕਿ 10th ਤੋਂ ਮੇਨ ਪਾਰਟ ਹੁੰਦਾ ਕਿ ਆਈਦਰ ਉਹਨੇ ਕਿਹੜੀ ਡਾਇਰੈਕਸ਼ਨ ਚ ਕਿਹੜੇ ਚ ਜਾਣਾ ਜੇ ਤਾਂ ਉਹਨੂੰ ਲੱਗਦਾ ਵੀ ਮੈਂ ਯਸ ਲਾਈਕ ਅ ਕੰਪਿਊਟਰ ਲਾਈਕ ਅਦਰ ਜਾਣਾ ਤਾਂ ਉਹਦੇ ਅਕੋਰਡਿੰਗ ਟੂ ਚੁਆਇਸ ਉਹਦੀ ਰਿਕੁਆਇਰਮੈਂਟ ਜਿਵੇਂ ਜਿਹੜੀ ਸਾਇੰਸ ਹੁੰਦੀ ਆ ਹੂੰ ਉਹ ਸਾਇੰਸ ਵੱਲ ਚਲੇ ਜੇ ਜੇ ਕਿਸੇ ਨੂੰ ਲੱਗਦਾ ਮੈਂ ਕਮਰਸ਼ੀਅਲ ਪਰਪਸ ਨੂੰ ਜਾਣਾ ਆ ਜਾਂ ਲਾਈਕ ਸੀਏ ਵੱਲ ਨੂੰ ਜਾਣਾ ਤਾਂ ਉਹ ਕਮਰਸ ਲਾਈਨ ਜਿਹੜੀ ਅਡਾਪਟ ਕਰ ਲਵੇ ਤੇ ਉਹਨੂੰ ਜਿਹਨੂੰ ਲੱਗੇ ਮਨਚਮੀ ਮੇਰਾ ਬਿਜ਼ਨਸ ਪੁਆਇੰਟ ਆਫ View ਹੈਗਾ ਤਾਂ ਉਹ ਕਮਰਸ ਲਾਈਨ ਲੈ ਲੈਣੀ ਚਾਹੀਦੀ ਜਿਹਨੂੰ ਕੋਈ ਲੱਗਦਾ ਨਹੀਂ that is ਮੈਂ ਇਹਦੇ ਚ ਇਹ ਕਹਿੰਦਾ ਮੋਰ ਇੰਟੈਲੀਜੈਂਟ ਈ ਮੈਂ ਸਰਵਿਸਿਸ ਚੰਗੀਆਂ ਕਰਨਾ ਚਾਹੁੰਦਾ ਤਾਂ ਉਹਨੂੰ ਆਰਟਸ ਦੇ ਅੰਦਰ ਅਡਾਪਟ ਕਰਕੇ ਲਾਈਕ ਪੀਸੀਐਸ ਲਾਈਕ ਆਈਐਸ ਉਹ ਵਾਲਾ ਸਿਵਲ ਸਰਵਿਸਿਸ ਵਾਲਾ ਜਿਹੜਾ ਐਂਗਲ ਦੇਖ ਲੈਣਾ ਚਾਹੀਦਾ ਉਹ ਹੁਣ ਤੋਂ ਹੀ ਡਿਸੀਜਨ ਕਰ ਲੂਗਾ ਤਾਂ ਡੈਫੀਨੇਟਲੀ ਆ 4-5 ਸਾਲ ਦੇ ਅੰਦਰ ਉਹ ਆਪਣਾ ਗੋਲ ਕਰ ਸਕਦਾ ਗੋਲ ਨੂੰ ਫਾਈਨਲ ਕਰਨ ਦਾ ਜਿਹੜਾ ਹੈਗਾ ਟਾਈਮ ਦੈਟ ਇਜ਼ ਆਫਟਰ 10 ਜੀ ਆਪਣੀ ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ ਪ੍ਰੋਗਰਾਮ ਚੱਲ ਰਿਹਾ ਜੀ ਗੱਲਾਂ ਤੇ ਗੀਤ ਗੱਲਾਂ ਦੇ ਨਾਲ ਸੁਣਦੇ ਆ ਇੱਕੀ ਅਸੀਂ ਤੈਨੂੰ ਲਿਖਣਾ ਤੇ ਪੜ੍ਹਨਾ ਸਿਖਾਇਆ ਹੌਲੀ-ਹੌਲੀ ਪੌੜੀਆਂ ਤੇ ਚੜ੍ਹਨਾ ਸਿਖਾਇਆ ਅਸੀਂ ਤੈਨੂੰ ਲਿਖਣਾ ਤੇ ਪੜ੍ਹਨਾ ਸਿਖਾਇਆ ਹੌਲੀ-ਹੌਲੀ ਪੌੜੀਆਂ ਤੇ ਚੜ੍ਹਨਾ ਸਿਖਾਇਆ ਤੂੰ ਚੜ੍ਹ ਕਿਉਂ ਅੰਤਾਸੇ ਹੁਣ ਤੈਨੂੰ ਕੀ ਆਖਾਂ ਖੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ ਖੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ ਫੜ ਲੈਂਦੀਆਂ ਸਾਡੀਆਂ ਅੱਖ ਫਿੱਲੀਆਂ ਮਿਆਂ ਹੁ ਸਾਨੂੰ ਕੰਡੀਆਂ ਇੰਕਲੀ ਫੜਾਈਆਂ ਜਦੋਂ ਪਹੁੰਚਾ ਫੜ ਲੈਂਦੀਆਂ ਭਾਰਾ ਮਿੱਠੀਆਂ ਤੇ ਅੰਦਰੋਂ ਖਟਾਸ ਭਾਰਾ ਮਿੱਠੀਆਂ ਤੇ ਅੰਦਰੋਂ ਖਟਾਸ ਹੁਣ ਤੈਨੂੰ ਕੀ ਆਂ ਏਹ ਦਵਾ ਕਿ ਤੈਨੂੰ ਪਾਸ ਹੁਣ ਤੈਨੂੰ ਕੀ ਆਂ ਏਹ ਕਮਾ ਕਿ ਤੈਨੂੰ ਪਾਸ ਹੁਣ ਤੈਨੂੰ ਕੀ ਆਂ ਤੇ ਕੋਲ ਖੰਜਰੀ ਕਿੰਨਾ ਚਿਰ ਵੇਖਾਂਗੇ ਕਲੋਲ ਕਰ ਪੰਜਰੀ ਤੇਰੇ ਕੋਲ ਤਾਂ ਪੂਰੇ ਸਾਡੇ ਕੋਲ ਖੰਜਰੀ ਕਿੰਨਾ ਚਿਰ ਵੇਖਾਂਗੇ ਕਲੋਲ ਕਰ ਪੰਜਰੀ ਕਦੇ ਭੁੱਲੀ ਗਿਆ ਨਾ ਆਪਣੀ ਹੁਕਾਤ ਕਦੇ ਭੁੱਲੀ ਹੈ ਨਾ ਆਪਣੀ ਹੁਕਾਤ ਤੇ ਹੁਣ ਤੈਨੂੰ ਕੀ ਅੱਖਾਂ ਵੇਖਾਂ ਮੈਂ ਕਿ ਤੈਨੂੰ ਪਾਸ ਹੁਣ ਤੈਨੂੰ ਕੀ ਅੱਖਾਂ ਵੇਖਾਂ ਮੈਂ ਕਿ ਤੈਨੂੰ ਪਾਸ ਹੁਣ ਤੈਨੂੰ ਕੀ ਅੱਖਾਂ ਅੱਗੇ ਉੱਤੇ ਮਾਣੀ ਲੰਘ ਜਾਵੇ ਹੱਥ ਨਹੀਂ ਤੇ ਪੂਛ ਦਿੰਦਾ ਜਾਣ ਨਹੀਂ ਟੱਟੀ ਆ ਆ ਇੱਥੇ ਸੁਹਾਗੇ ਉੱਤੇ ਮਾਣੀ ਲੰਘ ਜਾਵੇ ਹੱਥ ਨਹੀਂ ਤੇ ਪੂਛ ਦਿੰਦਾ ਜਾਣ ਨਹੀਂ ਅਸੀਂ ਹੁੰਨੇ ਆ ਗੁਰਾਂ ਦੇ ਦਾਸ ਅਸੀਂ ਹੁੰਨੇ ਆ ਗੁਰਾਂ ਦੇ ਦਾਸ ਤੇ ਹੁਣ ਤੈਨੂੰ ਕੀ ਆਖਾਂ ਹੇਲ ਤਾ ਮੈਂ ਕਿ ਤੈਨੂੰ ਸਾਹ ਹੁਣ ਤੈਨੂੰ ਕੀ ਆਖਾਂ ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਡਾਕਟਰ ਗੁਰਪਿੰਦਰ ਸਿੰਘ ਸਮਰਾਜੀ ਨਾਲ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਡਾਕਟਰ ਸਾਹਿਬ ਬ੍ਰੇਕ ਤੋਂ ਬਾਅਦ ਸਵਾਲ ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰਦੇ ਹਾਂ ਜੀ ਸਵਾਲ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਵੀ ਸਭ ਜਾਣਦੇ ਕਿ ਜ਼ਿੰਦਗੀ ਇੱਕ ਇਮਤਿਹਾਨ ਹੈ ਜਿਵੇਂ ਇਮਤਿਹਾਨ ਚਾਹੇ ਸਕੂਲ ਦਾ ਹੋਵੇ ਕਾਲਜ ਦਾ ਹੋਵੇ ਪਾਸ ਉਹੀ ਵਿਦਿਆਰਥੀ ਹੁੰਦਾ ਜਿਸ ਨੂੰ ਆਪੇ ਪਤਾ ਹੁੰਦਾ ਕਿ ਮੈਂ ਕਿਸ ਦਿਸ਼ਾ ਵੱਲ ਜਾਣਾ ਹੈ ਮੈਂ ਕਰ ਰਿਹਾ ਕਿ ਗੱਲ ਕਰ ਰਿਹਾ ਕਿ ਕਮਰਸ ਵਿਸ਼ੇ ਦੀ ਜੇ ਗੱਲ ਕਰੀਏ ਇਸ ਵਿੱਚ ਸਿੱਖਿਆ ਦੀ ਸੰਭਾਵਨਾ ਦੀ ਗੱਲ ਕਰੀਏ ਤਾਂ ਤੁਹਾਡੇ ਹਿਸਾਬ ਨਾਲ ਉਹ ਕਿਹੜੇ-ਕਿਹੜੇ ਵਿਦਿਆਰਥੀ ਆ ਜਿਨ੍ਹਾਂ ਨੂੰ ਕਮਰਸ ਦਾ ਵਿਸ਼ਾ ਚੂਜ਼ ਕਰਨਾ ਚਾਹੀਦਾ ਯਸ ਕਮਰਸ ਦਾ ਵਿਸ਼ਾ ਜਿਹਨੇ ਚੁਆਇਸ ਕਰਨਾ ਆ ਔਰ ਕੈਰੀ ਨਾਲ ਆਪਣਾ ਉਹਦੇ ਵਿੱਚ ਬਣਾਉਣਾ ਚਾਹੁੰਦਾ ਆ ਤਾਂ ਦੈਟਸ ਉਹ ਉਹ ਸਟੂਡੈਂਟ ਦੇ ਮਨ ਚ ਜ਼ਰੂਰ ਕਲੀਅਰ ਹੋਣਾ ਚਾਹੀਦਾ ਕਿ ਮੈਂ ਕਿਸੇ ਆਰਗੇਨਾਈਜੇਸ਼ਨ ਦੇ ਅੰਦਰ ਜਾਂ ਬਿਜ਼ਨਸ ਵਾਲ ਨੂੰ ਐਂਗਲ ਜਿਹਾ ਹੋਵੇ ਕਿ ਮੰਨ ਤੋਂ ਆਪਣੇ ਆਪ ਨੂੰ ਪਤਾ ਲੱਗ ਜਾਂਦਾ ਮਾਈਂਡ ਤੋਂ ਆਪਾਂ ਨੂੰ ਆਪਾਂ ਕੀ ਕਰਨਾ ਚਾਹੁੰਦੇ ਕਈ ਵਾਰ ਹਮੇਸ਼ਾ ਆਪਾਂ ਨੂੰ ਲੱਗਦਾ ਜਿਹੜਾ ਵਰਕ ਕਰਦੇ ਉਹਦੇ ਚੋਂ ਟਾਈਮ ਕੰਸਟ੍ਰੇਨ ਨੂੰ ਰੱਖਦੇ ਐ ਲੈ ਕੋਈ ਕਮਿਸ਼ਨ ਟਾਈਪ ਦੀ ਕਰਦੇ ਕੋਈ ਟਾਈਮ ਕੱਢਣ ਦੀ ਕੋਸ਼ਿਸ਼ ਕਰਦੇ ਤਾਂ ਉਹ ਆਈਕਿਊ ਜ਼ਰੂਰ ਟੱਚ ਹੋ ਜਾਂਦਾ ਬੱਚੇ ਦਾ ਪਤਾ ਲੱਗ ਜਾਂਦਾ ਵੀ ਇਹ ਬੱਚਾ ਕਮਰਸ਼ੀਅਲ ਦੀਆਂ ਗੱਲਾਂ ਕਰਦਾ ਕੈਲਕੂਲੇਟਿਵ ਹੈ ਉਹ ਕੈਲਕੂਲੇਟਿਵ ਉਹਨੂੰ ਕਮਰਸ਼ਲਾਈਨ ਅਡਾਪਟ ਕਰ ਲੈਣੀ ਚਾਹੀਦੀ ਆ ਔਰ ਅਡਾਪਟ ਕਰਕੇ ਪਲੱਸ 1 ਪਲੱਸ 2 ਜਿਹੜੀ ਹੈਗੀ ਆ ਉਹਦੇ ਤੇ ਚੰਗੇ ਤਰ੍ਹਾਂ ਵਰਕ ਕਰਕੇ ਕਿ ਪਲੱਸ 2 ਤੋਂ ਬਾਅਦ ਫਿਰ ਮੋੜ ਆਉਂਦਾ ਇੱਕ ਹਾਂ ਜਾਂ ਤਾਂ ਤੁਸੀਂ ਜਿਹੜੇ ਮੇਜਰ ਲਾਈਨਾਂ ਨੇ ਆਪਣੇ ਕੋਲ ਜਿਵੇਂ ਕੰਪਨੀ ਸੈਕਟਰੀਟ ਦਾ ਕੋਰਸ ਹੋਇਆ ਲਾਈਕ ਆਪਣੇ ਸੀਏ ਦਾ ਹੋਇਆ ਜਾਂ ਸੀਏ ਫਾਊਂਡੇਸ਼ਨ ਸ਼ੁਰੂ ਹੋ ਜਾਂਦੀ ਹੈ ਔਰ ਉਸ ਲਾਈਨ ਨੂੰ ਜਾਣਾ ਫਿਰ ਪਲੱਸ 2 ਬਸ ਸੋਚ ਲਓ ਜੇ ਲੱਗਦਾ ਵੀ ਮੇਰੇ ਤੋਂ ਥੋੜੀ ਚੁਆਇਸ ਗਲਤ ਹੋ ਗਈ ਫਿਰ ਵੀ ਤੁਸੀਂ ਸਾਈਡ ਤੇ ਜਾ ਸਕਦੇ ਆ ਆਪਣੇ ਸਿਸਟਮ ਦੇ ਅੰਦਰ ਐਜੂਕੇਸ਼ਨ ਸਿਸਟਮ ਦੇ ਇਦਾਂ ਦੀਆਂ ਆਪਸ਼ਨਸ ਹੈਗੀਆਂ ਨੇ ਫਿਰ ਵੀ ਤੁਸੀਂ ਦੂਜੇ ਪਾਸੇ ਜਾ ਸਕਦੇ ਹੋ ਜੀ ਤੇ ਮੈਨੂੰ ਲੱਗਦਾ ਉਹ 2 ਸਾਲ ਦੇ ਅੰਦਰ ਆਪਣੇ ਆਪ ਨੂੰ ਕਰ ਲੈਣਾ ਚਾਹੀਦਾ ਵੀ ਕਲੀਅਰ ਵੀ ਵੈਦਰ ਮੇਰੇ ਤੋਂ ਕੋਈ ਗਲਤੀ ਤੇ ਨਹੀਂ ਹੋਗੀ ਜੇ ਗਲਤੀ ਹੋਗੀ ਆ ਤਾਂ ਅਕੋਰਡਿੰਗ ਟੂ ਸਿਸਟਮ ਨੂੰ ਸੁਧਾਰ ਲੀਏ ਤੇ ਫਿਰ ਆਪਾਂ ਉਸ ਲਾਈਨ ਚ ਚਲੇ ਜਾਈਏ ਜੀ ਇਸ ਕਾਮਰਸ ਤੇ ਜਿਹੜੇ ਜਿਨ੍ਹਾਂ ਨੇ ਬੱਚਿਆਂ ਨੇ ਕਾਮਰਸ ਲੈਣੀ ਆ ਸੀ ਉਹਨਾਂ ਦੀ ਗੱਲ ਕੀਤੀ ਇਸੇ ਤਰ੍ਹਾਂ ਜਿਹੜੇ ਬੱਚੇ ਸਾਇੰਸ ਲੈਣਾ ਚਾਹੁੰਦੇ ਨੇ ਹੈਨਾ ਕਿਹੜੇ ਬੱਚਿਆਂ ਨੂੰ ਲੈਣੀ ਚਾਹੀਦੀ ਹੈ ਤੇ ਮਤਲਬ ਕਿਸ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਕਿਉਂਕਿ ਇੱਕ ਮੁਸ਼ਕਲ ਵਿਸ਼ਾ ਹੈ ਇੱਕ ਇਹ ਮੈਜਰੂ ਕਨਟੈਂਟ 10th ਤੋਂ ਬਾਅਦ ਜਿਹਨੇ ਇਹ ਡਿਸਾਈਡ ਕਰਨਾ ਹੈ ਹੂੰ ਕਿ ਮੈਂ ਬਹੁਤ ਬਲੰਦੀਆਂ ਲਾਈਕ ਸਪੇਸ ਵਰਕ ਲਾਈਕ ਅਦਰ ਟੈਕਨੋਲੋਜੀ ਐਂਡ ਲੈਟਸ ਸੱਚ ਨਾਲ ਵਰਕ ਕਰਨਾ ਚਾਹੁੰਦਾ ਤੇ ਉਹ ਡਿਸੀਜਨ ਹੀ ਸਾਇੰਸ ਚ ਕਰੇ ਕਿਉਂਕਿ ਸਾਇੰਸ ਇੱਕ ਇਦਾਂ ਦੀ ਚੀਜ਼ ਆ ਜੇ ਤੁਸੀਂ ਪਲੱਸ 2 ਸਾਇੰਸ ਚ ਕਰ ਗਏ ਹੋ ਤਾਂ ਤੁਹਾਡੇ ਕੋਲ ਹੋਰ ਆਪਸ਼ਨ ਨਹੀਂ ਰਹਿੰਦੀਆਂ ਹੂੰ ਆਪਣੇ ਸਿਸਟਮ ਦੇ ਅੰਦਰ ਇਦਾਂ ਦੀ ਕੋਈ ਹੈ ਨਹੀਂ ਫੈਸਿਲਿਟੀ ਕਿ ਉਹ ਪਲਾਸਟੂ ਤੋਂ ਸਾਇੰਸ ਕਰਕੇ ਬਾਅਦ ਫੇਰ ਸੋਚੇ ਮੈਂ ਕੀ ਕਰਨਾ ਫਿਰ ਤੋਂ ਜ਼ਿਆਦਾ ਹੀ ਡਰਾਪ ਆਊਟ ਹੋ ਜਾਂਦਾ ਚੀਜ਼ ਜੀ ਤੇ ਉਹਨੂੰ ਪੱਕਾ ਮਾਈਂਡ ਕਰ ਲੈਣਾ ਚਾਹੀਦਾ ਔਰ ਸਾਇੰਸ ਤੋਂ ਬਾਅਦ ਇਹ ਜ਼ਰੂਰ ਆ ਹਰੇਕ ਜੌਬ ਐਵੈਨਿਊ ਨੇ ਹਰੇਕ ਸੱਚ ਫੀਲ ਤੁਸੀਂ ਆਪਣੀ ਕੰਟਰੀ ਦੀ ਆਪਣੇ ਸਟੇਟ ਦੀ ਸੇਵਾ ਕਰ ਸਕਦੇ ਹੋ ਲਾਈਕ ਕੋਈ ਨਾ ਕੋਈ ਪਾਲਿਸੀ ਫਰੇਮ ਕਰਕੇ ਲਾਈਕ ਸਪੇਸ ਦੇ ਅੱਜਕੱਲ ਵਰਕ ਬਾਥ ਹੋ ਰਿਹਾ ਉਹਦੇ ਚ ਵਰਕ ਕਰਕੇ ਤੁਸੀਂ ਜਾ ਸਕਦੇ ਹੋ ਐਕਸਟੈਂਡਿੰਗ ਆਪਣੀ ਕਰ ਸਕਦੇ ਪਰ ਤੁਹਾਡੇ ਮਨ ਚ ਇਹ ਜ਼ਰੂਰ ਹੋਣਾ ਚਾਹੀਦਾ ਮਨ ਚ ਵੀ ਮੈਂ ਰਿਸਰਚਰ ਕਿਉਂਕਿ ਉਹਦੇ ਚ ਸਾਇੰਸ ਦੇ ਅੰਦਰ ਤੁਸੀਂ ਕੰਟੀਨਿਊ ਸਟਡੀ ਕਰਨੀ ਇਵਨ ਜੌਬ ਚ ਜਾ ਕੇ ਵੀ ਤੁਹਾਨੂੰ ਕੰਟੀਨਿਊ ਸਟਡੀ ਕਰਨੀ ਪੈਂਦੀ ਆ ਅਨੇਕ ਕ ਕਮਰਸ ਥੋੜੀ ਰਿਲੈਕਸੇਸ਼ਨ ਹੋ ਜਾਂਦੀ ਆ ਪਰ ਇਹਦੇ ਚ ਰਿਲੈਕਸੇਸ਼ਨ ਨਹੀਂ ਹੁੰਦੀ ਲਾਈਕ ਸ਼ੂਟਕਟ ਜੇ ਤੁਹਾਡੇ ਲਾਈਫ ਪੀਰ ਲੱਗਦਾ ਵੀ ਕੰਟੀਨਿਊ ਮੈਂ ਆਪਣੀਆਂ ਕਿਤਾਬਾਂ ਨਾਲ ਨਹੀਂ ਟੱਚ ਰਹਿ ਸਕਣ ਲਾਈਕ ਤਾਂ ਯੂ ਸ਼ੂ ਡੋ ਨਾਟ ਦੈਟ ਵਨ ਵਿਦਿਆਰਥੀ ਦੇ ਵਿੱਚ ਵਿਗਿਆਨਿਕ ਸੋਚ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਸੈਂਟੀਫਿਕ ਅਪਰੋਚ ਆਊਟਲੂਕ ਹੋਵੇ ਡਾਕਟਰ ਸਾਹਿਬ ਜੇ ਅਸੀਂ ਗੱਲ ਕਰੀਏ ਆਰਟਸ ਦੀ ਹਿਊਮਨਿਟੀਜ਼ ਦੀ ਤਾਂ ਇਸ ਦਿਸ਼ਾ ਵੱਲ ਕਿਹੜੇ ਕਿਹੜੇ ਵਿਦਿਆਰਥੀਆਂ ਨੂੰ ਪਹਿਲ ਕਰਨੀ ਚਾਹੀਦੀ ਉਹਦੇ ਵਿੱਚ ਦੇਖੋ ਪਲਾਸਟ ਬਾ ਜੇ ਤਾਂ ਸ਼ਾਇਦ ਕਰ ਚਾਹੁੰਦਾ ਕੋਈ ਆਪਣੀਆਂ ਮਨ ਦੀਆਂ ਭਾਵਨਾਵਾਂ ਆਪਣੇ emotions ਐਕਸਪ੍ਰੈਸ ਕਰਨਾ ਚਾਹੁੰਦਾ ਹੈ ਤਾਂ ਨੇਚਰਲੀ ਉਸ ਡਾਇਰੈਕਸ਼ਨ ਨੂੰ ਜਾਣਾ ਚਾਹੀਦਾ ਜਾਂ ਉਹਨੂੰ ਇਹ ਲੱਗਦਾ ਵੀ ਇੰਨਾ ਸਿਵਲ ਸਰਵਿਸ ਜਿਹੜੀਆਂ ਨੇ ਵੀ ਉਸ ਦੇ ਥਰੂ ਆਪਣੀ ਕੰਟਰੀ ਦੀ ਸੇਵਾ ਕਰਨਾ ਚਾਹਣਾ ਤਾਂ ਉਹ ਉਸ ਡਾਇਰੈਕਸ਼ਨ ਜਾ ਸਕਦਾ ਪਰ ਉਹਨੂੰ ਉਹ 10+1 ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ 10+1 ਤੋਂ ਮੈਨੂੰ ਤਾਂ ਇਹ ਲੱਗਦਾ ਵੀ ਉਹਦੇ 'ਚ ਮੈਂ ਇਹ ਵੀ ਕਹਿ ਲੈਣਾ 1+1 ਦੇ ਅੰਦਰ ਜਦੋਂ 1+2 ਦੇ ਅੰਦਰ ਤੁਸੀਂ ਉਹ ਸਿਲੇਬਸ ਪਾਰਟ ਜਿਹੜਾ ਕੰਟਰੋਲ ਕਰਕੇ ਪੜ੍ਹ ਲਓਗੇ ਤੇ ਕੰਟੀਨਿਊ ਤਿੰਨ ਸਾਲ ਹੋਰ ਪੜ੍ਹੋਗੇ ਤਾਂ ਪੰਜਾਂ ਸਾਲਾਂ ਬਾਅਦ ਤੁਸੀਂ PCS ਤੇ ਲਾਗੇ ਪਹੁੰਚ ਜਾਣਾ ਹੋ ਜੀ ਰਾਈਟ ਪਰ ਇਹ એમ ਵੈਰੀ ਕਲੀਅਰ ਪਲੱਸ 1 ਦੇ ਅੰਦਰ ਵੀ ਮੈਂ ਬਹੁਤ ਜ਼ਿਆਦਾ ਪੜਨਾ ਇਹ ਨਹੀਂ ਮੰਨ ਲੈ ਕੇ ਆਪਾਂ ਪਲੱਸ 8ਸ ਰੱਖਣੀ ਕਿ ਜਸ ਟਾਈਮ ਪਾਸ ਕਰਨਾ ਟਾਈਮ ਪਾਸ ਕਰਨ ਵਾਲਾ तकरीबन ਵੇਲਾ ਖਤਮ ਹੋ ਚੁੱਕਾ ਆਪਾਂ ਆਪਣੀ ਲਾਈਫ ਦਾ ਇੰਪੋਰਟੈਂਟ ਪਾਰਟ ਜਿਹੜਾ ਵੀਸ ਨਹੀਂ ਕਰਨਾ ਇਨ ਫਿਊਚਰ ਚ ਲਾਈਏ ਤਾਂ ਕਿ ਆਪਾਂ ਆਪਣੇ ਪੀਰਸ ਦੀ ਤਰਕੀ ਚ ਪਾਰਟ ਕਰ ਸਕੀ ਜਾਂ ਆਪਣੀ ਚ ਤਰਕੀ ਚ ਪਾਰਟ ਪਲੇ ਕਰ ਸਕੀ ਬਿਲਕੁਲ ਬਹੁਤ ਹੀ ਮਹੱਤਵਪੂਰਨ ਸਮਾਂ ਹੁੰਦਾ ਹੈ ਕਿਉਂਕਿ 10ਵੀਂ ਤੋਂ ਬਾਅਦ ਹੈ ਨਾ ਤੇ ਇਸੇ ਤਰ੍ਹਾਂ ਜਿਦਾ ਆਪਾਂ ਸਾਇੰਸ ਦੀ ਗੱਲ ਕੀਤੀ ਆਰਟਸ ਦੀ ਗੱਲ ਕੀਤੀ ਤੇ ਜੇ ਆਪਾਂ ਨਾਨ ਮੈਡੀਕਲ ਜਿਹੜੇ ਬੱਚੇ ਲੈ ਰਹੇ ਨੇ ਉਹਨਾਂ ਦੀ ਗੱਲ ਕਰੀਏ ਤੇ ਕਿਨਾਂ ਨੂੰ ਨਾਨ ਮੈਡੀਕਲ ਜਿਹੜਾ ਉਹ ਲੈਣਾ ਚਾਹੀਦਾ ਦੇਖੋ ਨਾ ਉਹ ਇਹਦੇ ਬਾਅਦ ਇੱਕ ਹੋ ਗਿਆ ਜਿਵੇਂ ਆਈਟੀ ਫੀਲਡ ਦਾ ਕੰਪਿਊਟਰ ਫੀਲਡ ਹੈ ਨਾ ਕੰਪਿਊਟਰ ਫੀਲਡ ਦੇ ਅੰਦਾ ਤਾਂ ਮੈਂ ਕਹਿੰਦਾ ਹਮੇਸ਼ਾ ਸਾਇੰਸ ਤੋਂ ਵੀ ਜ਼ਿਆਦਾ ਸੀਰੀਅਸ ਬੱਚਾ ਚਾਹੀਦਾ ਹੂੰ ਕਿਉਂਕਿ ਅੱਜ ਕਮਾਂਡ ਜੇ ਆਪਾਂ ਕੋਈ ਦਿੰਨੇ ਆ ਹੂੰ ਤਾਂ ਕੱਲ ਨੂੰ ਵਿੰਡੋ ਚੇਂਜ ਹੋ ਜਾਂਦੀ ਹੈ ਤਾਂ ਸਾਨੂੰ ਕਮਾਂਡ ਵੀ ਯਾਦ ਕਰਨੀ ਪੈਣੀ ਹੈ ਬਿਲਕੁਲ ਉਸ ਚ ਤਾਂ ਤੁਸੀਂ throughout the day ਵੀ ਇਨ ਟੱਚ ਵਿਦ ਦਾ ਲੇਟੈਸਟ ਡਿਵੈਲਪਮੈਂਟ ਦੇ ਨਾਲ ਹੂੰ ਕਿਹੜੀ ਵਿੰਡੋ ਆ ਗਈ ਕਿੱਥੇ ਅਪਡੇਟ ਹੋਈ ਹੈ ਜੇ ਤੁਸੀਂ ਉਸ ਨਾਲ ਆਪ ਅਪਡੇਟ ਨਹੀਂ ਹੁੰਦੇ ਜਿੱਦਾਂ ਜਿੱਦਾਂ ਤੁਹਾਡਾ ਸਿਸਟਮ ਅਪਡੇਟ ਹੋ ਉਦੋਂ ਤੁਸੀਂ ਅਪਡੇਟ ਨਹੀਂ ਹੁੰਦੇ ਤਾਂ ਤੁਸੀਂ ਆਊਟਡੇਟਡ ਹੋ ਜਾਓਗੇ ਹੂੰ ਉਹ ਤਾਂ ਵਿਦਨ ਡੇ ਹੁੰਦਾ ਜੇ ਸਵੇਰੇ ਤੁਸੀਂ ਅਪਡੇਟ ਤੁਹਾਡਾ ਵਿੰਡੋ ਹੋ ਗਈ ਜਾਂ ਸ਼ਾਮ ਤੱਕ ਤੁਸੀਂ ਉਹਦਾ ਅਪਡੇਟ ਨਹੀਂ ਹੋਇਆ ਤਾਂ ਤੁਸੀਂ ਆਊਟਡੇਟ ਹੋ ਜਾਣਾ ਗੱਲ ਕਰਦੇ। ਜੀ। ਤੋਂ ਕੰਪਿਊਟਰ ਵਾਲਾ ਜਿਹੜਾ ਸਬਜੈਕਟ ਆਈਟੀ ਸਬਜੈਕਟ ਆ ਉਹਨੂੰ ਰੱਖਣਾ ਚਾਹੀਦਾ। ਜਿਹੜਾ ਹਰ ਵੇਲੇ ਮੀਨਸ ਵਿੰਡੋ ਅਪਡੇਟ ਅਪਡੇਟ ਕਰਦਾ ਰਹੇ ਆਪਣੇ ਆਪ। ਵਕਤ ਦੀ డిਮਾਂਡ ਵੀ ਹੈ। ਸਭ ਤੋਂ ਜ਼ਿਆਦਾ ਜਿਹੜੀ ਚੇਂਜ ਆਕਣੀ ਥੈਟ ਸ਼ੁੱਡ ਕੰਪਿਊਟਰ ਲਾਈਨ ਚ ਹੋ ਰਹੀ ਆ। ਬਿਲਕੁਲ। ਟੈਕਨੀਕਲ ਨੋਲੇਜ ਦਾ ਹੋਣਾ ਬਹੁਤ ਜ਼ਰੂਰੀ ਆ ਆਜ ਦੇ ਯੁੱਗ ਦੇ ਵਿੱਚ। ਥੈਟ ਅਪਡੇਟ ਆਲਸੋ। ਜੀ ਜੀ। ਡਾਕਟਰ ਸਾਹਿਬ ਅਸੀਂ ਸਭ ਜਾਣਦੇ ਹਾਂ ਕਿ ਅੱਜ ਦਾ ਜੋ ਸਾਡਾ ਸਮਾਂ ਹੈ ਇਸ ਅਧਿਆਪਕ ਜਿਹੜੇ ਨੇ ਟੀਚਰਸ ਜਿਹੜੇ ਨੇ ਉਹਨਾਂ ਦਾ ਜਿਹੜਾ ਰੋਲ ਹੈ ਉਹ ਰੋਲ ਮਾਡਲ ਆਪ ਚੰਗੇ ਹੋਣਗੇ ਤਾਂ ਬੱਚੇ ਵੀ ਉਹਨਾਂ ਨੂੰ ਫੋਲੋ ਕਰਦੇ ਆ ਅਸੀਂ ਇੱਥੇ ਗੱਲ ਕਰ ਰਹੇ ਆ ਮਾਰਗਦਰਸ਼ਨ ਦੀ ਇੱਕ ਜੋਰੀ ਜਿਹੜਾ ਉਹ ਹੀਰੇ ਨੂੰ ਪਛਾਣ ਲੈਂਦਾ ਬੜੀ ਪਰਖ ਉਹਦੀ ਨਜ਼ਰ ਹੁੰਦੀ ਹੈ ਸੋ ਜਦੋਂ ਬੱਚੇ ਨੇ ਦਿਸ਼ਾ ਵੱਲ ਜਾਣਾ ਹੈ ਤਾਂ ਉਦੋਂ ਅਧਿਆਪਕ ਜਿਹੜਾ ਉਹਨੂੰ ਵੀ ਕੀ ਕੁਝ ਕਰਨਾ ਚਾਹੀਦਾ ਹੈ ਤਾਂ ਜੋ ਬੱਚੇ ਨੂੰ ਸਹੀ ਤਰੀਕੇ ਨਾਲ ਉਹਦੇ ਅੰਦਰ ਹੁਨਰ ਨੂੰ ਪਛਾਣ ਕੇ ਉਹਨੂੰ ਗਾਈਡ ਕਰੇ ਕਿ ਉਹ ਇਸ ਦਿਸ਼ਾ ਵੱਲ ਜਾਵੇ ਇਹ ਬਹੁਤ ਵਧੀਆ ਤੁਹਾਡਾ ਕੁਐਸਚਨ ਹੈ ਜੀ ਕਿਉਂਕਿ ਜਿਹੜਾ ਟੀਚਰ ਹੁੰਦਾ ਆ ਲਾਈਕ ਕਿਸੇ ਕਲਾਸ ਵਿੱਚ ਉਸ ਸੋ ਉਹਦਾ ਯਰ ਜਦੋਂ ਪੜਾਉਂਦਾ ਆ ਜੀ ਤੇ ਉਹਨੂੰ ਉਹਦੀ ਆਲ ਟੀਚਰ ਜਿਹੜੀਆਂ ਐਕਟੀਵਿਟੀਜ਼ ਜਿਹੜੀਆਂ ਬੱਚੇ ਦੀਆਂ ਕਲੀਅਰ ਹੋਈਆਂ ਹੁੰਦੀਆਂ ਨੇ ਬਿਲਕੁਲ ਤੇ ਉਹਨੂੰ ਉਹਦਾ ਮਾਈਂਡ ਸੈਟ ਵੀ ਕਲੀਅਰ ਹੋ ਜਾਂਦਾ ਹ ਹਮ ਮੈਨੂੰ ਹੁੰਦਾ ਵੀ 빙 ਮੈਂ ਜੇ ਟੀਚਿੰਗ ਕਿਤੇ ਕੀਤੀ ਆ ਤਾਂ ਮੈਨੂੰ ਵੀ ਹੁੰਦਾ ਵੀ ਜ ਜੋ ਉਸ ਬੱਚੇ ਚ ਡਵੈਲਪਮੈਂਟ ਹੋ ਰਹੀ ਐ ਐਕਟੀਵਿਟੀ ਉਹ ਜਰਾ ਨਾਲ ਨਾਲ ਦੱਸੀ ਚੱਲੋ ਉਹਨੂੰ ਇਨਕਰੇਜ ਕਰੀ ਚੱਲੀਏ ਜਿਵੇਂ ਆਪਾਂ ਪੇਰੈਂਟਸ ਆਪਣੇ ਬੱਚੇ ਨੂੰ ਕਰਦੇ ਐ ਦੈਟ ਇਜ਼ ਆਲਸੋ ਇਨ ਦੈਟ ਕਾਲਜ ਆਫ ਸਕੂਲ ਆ ਵੀ ਸੇਮ ਹੋਣਾ ਚਾਹੀਦਾ ਤਾਂ ਕਿ ਬੱਚੇ ਨੂੰ ਹੌਲੀ ਹੌਲੀ ਉਸ ਲਾਈਨ ਚ ਲਾ ਕੇ ਉਹਨੂੰ ਅਪਡੇਟ ਕਰ ਦਈਏ ਔਰ ਇਹ ਟੀਚਰ ਦੀ ਐਸੈਟ ਹੈ ਇਹ ਉਸ ਮੂਮੈਂਟ ਤੇ ਟੀਚਰ ਨੂੰ ਨਹੀਂ ਪਤਾ ਲੱਗਦਾ ਪਰ ਆਫਟਰ 10 12 ਸਾਲ ਬਾਅਦ ਜਦੋਂ ਬੱਚਾ ਬਹੁਤ ਉੱਪਰ ਪਹੁੰਚਿਆ ਹੁੰਦਾ ਜਦੋਂ ਉਹ ਆ ਕੇ ਕਹਿੰਦਾ ਵੀ ਸਰ ਤੁਸੀਂ ਮੈਨੂੰ ਆ ਕੇ ਆਸ ਵੀ ਇਦਾਂ ਕਰੋ ਤੁਸੀਂ ਮੈਨੂੰ ਪੜਾਇਆ ਤਾਂ ਉਹ ਜਿਹੜੀ ਐਸੈਟ ਉਹ ਜਿਹੜੀ ਸੈਟੀਸਫੈਕਸ਼ਨ ਮਿਲਦੀ ਹੈ ਕਿ ਨਹੀਂ ਥੈਟ ਇਜ਼ ਵੈਰੀ ਰੀਅਰ ਬਹੁਤ ਸ਼ਾਇਦ ਆਪਣੇ ਬੱਚੇ ਵੀ ਨਹੀਂ ਦਿੰਦੇ ਜਿੰਨਾ ਕਿ ਉਹ ਬੱਚਾ ਦਿੰਦਾ ਜੀ ਬਿਲਕੁਲ ਹਰੇਕ ਟੀਚਰ ਨੂੰ ਮਨਚ ਹੋਣਾ ਚਾਹੀਦਾ ਵੀ ਨੋਵੇ ਗੁਰਨੀ ਆਪਾਂ ਇਹਨਾਂ ਨੂੰ ਮੋਟੀਵੇਟ ਕਰਕੇ ਜੀਐਸ ਫੀਲਡ ਚ ਐਕਸੈਲ ਕਰਨਾ ਚਾਹੁੰਦੇ ਹਾਂ ਉਸ ਆਪਾਂ ਮੋਲਡ ਕਰ ਲਈਏ ਤਾਂ ਦੈਟਸ ਓਰ ਟਰਨਿੰਗ ਪੁਆਇੰਟ ਦਿਨਾ ਚਾਹੀਦਾ ਬਿਲਕੁਲ ਠੀਕ ਗੱਲ ਹੈ ਤੇ ਜਿਸਾ ਬੱਚੇ ਹੁਣ ਆਨਲਾਈਨ ਪੜ ਰਹੇ ਸੀ ਤੇ ਕਿੱਦਾਂ ਮੋਟੀਵੇਟ ਕੀਤਾ ਗਿਆ ਬੱਚਿਆਂ ਨੂੰ ਕਿ ਉਹ ਸਕੂਲ ਜਾਂ ਕਾਲਜ ਦੇ ਵਿੱਚ ਆਣ ਜਿਸਾ ਪਹਿਲੇ ਗੱਲ ਤੁਸੀਂ ਦੱਸੇ ਕਿ ਕਿੰਨੇ ਕੁ ਬੱਚੇ ਆ ਰਹੇ ਤੁਸੀਂ ਸਾਨੂੰ ਦੱਸਿਆ ਤੇ ਕਿੱਦਾਂ ਮੋਟੀਵੇਟ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਬੱਚੇ ਨੇ ਉਹ ਕਾਲਜ ਜਾਣ ਦੇਖੋ ਇਹ ਬਹੁਤ ਵੱਡਾ ਚੈਲੰਜ ਸੀ ਪਹਿਲਾ ਚੈਲੰਜ ਇਹ ਸੀ ਕਿ ਆਨਲਾਈਨ ਦੇ ਅੰਦਰ ਇਨਵੋਲਵ ਕਰਨਾ ਫਿਰ ਉਹ ਚੈਲੰਜ ਆਪਾਂ ਸਕਸੈਸਫੁਲੀ ਹੋਏ ਆ ਬੱਚਿਆਂ ਨੇ ਬਹੁਤ ਮੀ ਆਪਣਾ ਪਾਰਟ ਪਲੇ ਕੀਤਾ ਟੀਚਰ ਨੇ ਬਹੁਤ ਪਾਰਟ ਪਲੇ ਕੀਤਾ ਇਵਨ ਟੀਚਰਸ ਦੀ ਵੀ ਰੀਡਿੰਗ ਆ ਜੇ 40 ਮਿੰਟਸ ਜਦੋਂ ਆਪਾਂ ਆਨਲਾਈਨ ਪੜਾਉਂਦੇ ਆ ਤਾਂ ਉਹਦੇ ਚ ਕੋਈ ਤੁਹਾਡੇ ਅੱਗੇ ਹੈ ਹੀ ਨਹੀਂ ਤੇ ਤੁਸੀਂ ਟੀਚ ਕਰ ਰਹੇ ਹੋ ਤੁਹਾਨੂੰ ਦਿਖਦਾ ਨਹੀਂ ਪਿਆ ਮੈਂ ਕਿਹਨੂੰ ਕਹਿ ਰਿਹਾ ਇੰਟਰੈਕਸ਼ਨ ਨਹੀਂ ਹੋ ਰਹੀ ਇੰਟਰੈਕਸ਼ਨ ਨਹੀਂ ਤਾਂ 40 ਮਿੰਟਸ ਤੁਸੀਂ ਬੋਲ ਰਹੇ ਹੋ ਤੇ ਅੱਗੇ ਤਾਂ ਆਫਲਾਈਨ 'ਚ ਥੋੜੀ ਬਹੁਤੀ ਰੈਸਟ ਵੀ ਹੋ ਜਾਂਦੀ ਸੀ ਜਦ ਬੱਚਾ ਕੋਈ ਇਸ਼ਾਰਾ ਤੋ ਨੂੰ ਕਹਿਦੀਦਾ ਸੀ ਤਾਂ ਦੈਟਸ ਵਨ ਮੇ ਥੋੜਾ ਜਿਹਾ ਗਿਆ ਪਾ ਜਾਂਦਾ ਸੀ ਤਾਂ ਹੁਣ ਤਾਂ 40 ਮਿੰਟ ਲਗਾਤਾਰ ਕੰਟੀਨਿਊ ਕਰਨਾ ਦੈਟ ਇਜ਼ ਆਲਸੋ ਟੀਚਰ ਲਈ ਵੀ ਪ੍ਰੋਬਲਮ ਸੀਗੀ ਪਰ ਸ਼ੁਰੂ ਸ਼ੁਰੂ ਸੀ ਹੌਲੀ ਹੌਲੀ ਫਿਰ ਆਪਾਂ এনवायरमेंट 'ਚ ਗਏ ਤਾਂ ਬੱਚੇ ਵੀ ਕੁਐਸਚਨ ਕਰ ਕਾਸ ਕਰਨ ਲੱਗੇ ਤਾਂ ਨੈਚੁਰਲੀ ਉਹਦਾ ਜਵਾਬ ਹੋਣ ਲੱਗ ਪਿਆ ਤੇ ਟੀਚਰ ਨੂੰ ਵੀ ਇੰਜੋਏ ਹੋਣ ਲੱਗ ਪਿਆ ਤੇ ਹੁਣ ਜਿਹੜੀ ਪ੍ਰੋਬਲਮ ਹੈ ਵੀ ਅਸੀਂ ਆਨਲਾਈਨ ਦੇ ਅੰਦਰ ਬੱਚਿਆਂ ਨੂੰ ਟਰਾਂਸਫਰ ਕਰ ਲਿਆ ਜੀ ਤੇ ਆਫਲਾਈਨ ਦੇ ਅੰਦਰ ਵਾਪਸ ਲੈ ਕੇ ਆਉਣਾ ਹੂੰ ਔਰ ਮੈਨੂੰ ਇਹ ਲੱਗਦਾ ਵੀ ਕੋਵਿਡ-19 ਦੀ ਬੜੀ ਪ੍ਰੇਜ਼ ਕਰਨੀ ਚਾਹੀਦੀ ਆ। ਹੂੰ ਐਸ ਵੇਲੇ ਸਾਡੇ ਸਟੂਡੈਂਟਸ ਜਿਹੜੇ ਬੱਚੇ smartphones ਸਾਰਿਆਂ ਕੋਲ ਹੁੰਦੇ ਸੀ ਉਹ ਸਿਰਫ WhatsApp, Instagram ਇਦਾਂ ਦੇ ਫੀਚਰ ਹੀ ਪਤਾ ਸੀ, ਬਾਕੀ ਫੀਚਰ ਨਹੀਂ ਪਤਾ ਸੀ। ਹੁਣ ਕਿਸੇ ਬੱਚੇ ਨੂੰ ਪੁੱਛ ਕੇ ਦੇਖ ਲਓ ਜੀ ਉਹਨਾਂ ਨੂੰ ਲੇਟੈਸਟ ਪਲੇਟਫਾਰਮ ਸਾਰੇ ਪਤਾ ਵੀ ਐਜੂਕੇਸ਼ਨ ਦੇ ਕੀ ਨੇ ਔਰ ਐਸ ਵੇਲੇ ਰੀਅਲੀ ਉਹ ਦੁਨੀਆ ਨਾਲ ਇਨ ਟੱਚ ਹੋ ਚੁੱਕੇ ਨੇ। ਜੀ ਤੇ ਟੀਚਰ ਵੀ ਇਸ IT ਜਿਹੜੇ ਟੂਲਸ ਨਾਲ ਬੜੇ ਫੈਮਿਲੀਅਰ ਹੋ ਚੁੱਕੇ ਨਾ ਉਹ ਜਿਹੜਾ ਮਾਹੌਲ ਹੋਣਾ ਆਊਗਾ ਇਸ ਵੇਲੇ ਹੂੰ ਉਹਦੇ ਚ ਰੀਅਲੀ ਇੰਜੋਏਅਬਲ ਫਾਰ ਦਾ ਟੀਚਰ ਵੀ ਹੋਊਗਾ ਫਾਰ ਦਾ ਸਟੂਡੈਂਟਸ ਵੀ ਹੋਊਗਾ ਤਿਆਰ ਹੋਣਗੇ ਤੁਹਾਨੂੰ ਯਸ ਫੁਲੀ ਤਿਆਰ ਹੋਣਗੇ ਤੇ ਉਹ ਇਸ ਵੇਲੇ ਬਹੁਤ ਚੰਗਾ ਮਾਹੌਲ ਹੋਊਗਾ ਔਰ ਬੜੀ ਚੰਗੀ ਨੌਲੇਜ ਦਿੱਤੀ ਜਾਊਗੀ ਔਰ ਉਹਦੇ ਨਾਲ ਜਿਹੜੇ ਆਪਾਂ ਕਹਿੰਦੇ ਹੁੰਦੇ ਸੀ ਵੀ ਕਈ ਵਾਰ ਮਨ ਚ ਆਉਂਦਾ ਸੀ ਸ਼ਾ ਸਾਡੇ ਬੱਚੇ ਯਾਰ ਆਈਟੀ ਨਾਲ ਜ਼ਿਆਦਾ ਹੈ ਨਹੀਂ ਅਪਡੇਟ ਹੈ ਨਹੀਂ ਹੁਣ ਉਹ ਬੈਠੇ ਬੈਠੇ ਕਰ ਸਾਹਿਬ ਕੁਝ ਉਹਨਾਂ ਨੇ ਦੇਖ ਲਿਆ ਪਰ ਉਹ ਵੀ ਆਪਣਾ ਫਿਊਚਰ ਕਿੱਧਰ ਨੂੰ ਲੈ ਕੇ ਜਾਣਾ ਜਿਹੜੇ ਅੱਜ ਤੁਸੀਂ ਮੈਨੂੰ ਕੁਐਸਚਨ ਕਰਦੇ ਹੋ ਵੀ ਕਮਰਸ ਵੱਲ ਕੀ ਚੀਜ਼ ਹੈ ਤਾਂ ਸ਼ਾਇਦ ਉਹਨੇ ਟਾਈਪ ਕਰਨੇ ਤੁਹਾਨੂੰ ਸਾਰੀ ਫਿਚਰ ਮੇਰੇ ਤੋਂ ਜ਼ਿਆਦਾ ਫੀਚਰ ਦਾਸਾਤਾ ਬਿਲਕੁਲ ਇਸ ਵੇਲੇ ਟ੍ਰੈਂਡ ਬਹੁਤ ਹੋ ਚੁੱਕੇ ਨੇ ਢੰਗ ਤਰੀਕੇ ਤੇ ਜ਼ਰੀਏ ਬਦਲੇ ਸੋਚ ਬਦਲੀ ਨਜ਼ਰੀਏ ਬਦਲੇ ਅੱਜ ਆਪਾਂ ਹੁਣ ਗੱਲ ਕਰਨੀ ਹੈ ਇੱਕ ਬਹੁਤ ਹੀ ਖਾਸ ਸਵਾਲ ਦੀ ਅਹਿਮ ਸਵਾਲ ਦੀ ਕੁਆਲਿਟੀ ਐਜੂਕੇਸ਼ਨ ਮਸਟ ਹੈ ਆਜ ਦੇ ਸਮੇਂ ਦੇ ਵਿੱਚ ਕਵਾਲਿਟੀ ਐਜੂਕੇਸ਼ਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮਿਲ ਰਹੀ ਹੈ ਸਭ ਤੋਂ ਵੱਡੀ ਤਾਂ ਗੱਲ ਆ ਮੈਂ ਜੇ ਆਪਾਂ ਪ੍ਰੋਪਰ ਸਿਟੀਨ ਬਣਾਉਂਦਾ ਕਵਾਲਿਟੀ ਐਜੂਕੇਸ਼ਨ ਤਾਂ ਬੇਸਿਕ ਰੂਲ ਆ ਜਦੋਂ ਮੈਨੂੰ ਲੱਗਦਾ ਕੋਈ ਐਜੂਕੇਸ਼ਨ ਪਾਲਿਸੀ ਬਣਦੀ ਸਭ ਤੋਂ ਪਹਿਲਾ ਸੈਂਟੈਂਸ ਹੀ ਇਹ ਲਿਖਿਆ ਜਾਂਦਾ ਵੀ ਕੁਆਲਿਟੀ ਤੇ ਹੁਣ ਜਿਹੜੀ ਕੁਆਲਿਟੀ ਐਜੂਕੇਸ਼ਨ ਦੀ ਗੱਲ ਕਰਨੀ ਹੈਗੀ ਆਸ ਮੂਮੈਂਟ ਦੇ ਉੱਪਰ ਜੀ ਇਹ ਠੀਕ ਆ ਪੇਰੈਂਟਸ ਵੀ ਚਾਹੁੰਦੇ ਨੇ ਬੱਚਾ ਵੀ ਚਾਹੁੰਦਾ ਟੀਚਰ ਵੀ ਚਾਹੁੰਦਾ ਐਜੂਕੇਸ਼ਨ ਇੰਸਟੀਟਿਊਸ਼ਨ ਵੀ ਚਾਹੁੰਦੇ ਕੁਆਲਿਟੀ ਦਿੱਤੀ ਜਾਵੇ ਪਰ ਉਹਦੇ ਚ ਕੁਝ ਕਈ ਪ੍ਰੋਬਲਮਸ ਨੇ ਜਿਹੜੀਆਂ ਆਪਾਂ ਹੱਲੇ ਤੱਕ ਫੇਸ ਕਰਦੇ ਪਏ ਆ ਤੇ ਉਹ ਜਿਹੜੀਆਂ ਪ੍ਰੋਬਲਮ ਨੂੰ ਫੇਸ ਫਾਈਨੈਂਸ਼ੀਅਲੀ ਪ੍ਰੋਬਲਮ ਕਹੀਆਂ ਜਾਂਦਾ ਸਕੋ ਅਲਟੀਮੇਟਲੀ ਜਿੱਥੇ ਵੀ ਕੋਈ ਹੁੰਦਾ ਦੈਟ ਇਜ਼ ਫਾਈਨੈਂਸ਼ਲ ਚੀਜ਼ ਰਿਲੇਟਡ ਹੁੰਦੀ ਆ ਪਰ ਮੈਂ ਜ਼ਰੂਰ ਕਹਿਣਾ ਜਿਹੜਾ ਇਸ ਵਾਰੀ ਜੋ ਪ੍ਰੈਜ਼ੈਂਟਲੀ ਵਰਕ ਜਿਵੇਂ ਹੋਇਆ ਆ ਜੀ ਲਾਈਕ ਬਜਟ ਦੇ ਅੰਦਰ ਹਮਮ ਆ ਲਾਈਕ ਹਾਰ ਐਜੂਕੇਸ਼ਨ ਦੇ ਆਦਰਸ਼ ਦੇ ਅੰਦਰ ਇੱਕ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਹਮਮ ਔਰ ਉਹ ਮਾਹੌਲ ਦੇ ਅੰਦਰ ਮੈਂ ਕਹਿਣਾ ਵੀ ਜਿਹੜਾ ਮੈਕਸਿਮ ਜਿਹੜਾ ਬਜਟ ਆ education ਦਾ ਹਾ 16 16302 ਕਰੋੜ ਰੁਪਇਆ ਜਿਹੜਾ ਉਹ এডਿਕੇਸ਼ਨ ਪਾਲਿਸੀ ਲਈ ਰੱਖਿਆ ਗਿਆ ਹੋਇਆ ਠੀਕ ਹੈ ਜੀ ਪੰਜਾਬ ਦੀ ਲਈ ਉਹਦੇ ਚ ਤਕਰੀਬਨ 1064 ਜਿਹੜਾ ਕਰੋੜ ਰੁਪਇਆ ਉਹ ਯੂਨੀਵਰਸਿਟੀਆਂ ਲਈ ਜਿਹੜੀ ਰੱਖਿਆ ਗਿਆ ਆ ਹਮ ਤੇ ਇੱਕ ਬਹੁਤ ਵੱਡੀ ਜਿਹੜੀ ਆਪਾਂ ਸਕਾਲਰਸ਼ਿਪ ਪੋਸਟ میٹرਿਕ ਸਕਾਲਰਸ਼ਿਪ ਕਹਿੰਦੇ ਨੇ ਉਹਦੇ ਲਈ ਵੀ ਗੌਰਮ ਨੇ ਕੋਈ 700 ਕਰੋੜ ਰੁਪਈਆ 750 ਕਰੋੜ ਰੁਪਈਏ ਜਿਹੜੇ ਨੇ ਉਹ ਇਸ ਲਈ ਫੰਡ ਰੱਖੇ ਨੇ ਤਾਂ ਅਸੀਂ ਬੱਚਿਆਂ ਨਾਲ ਜਿਹੜਾ ਪ੍ਰੋਮਿਸ ਕੀਤਾ ਥੈਟ ਸ਼ੁਡ ਫੁਲਫਿਲ ਕਰਾਂਗੇ ਇੰਨੇ ਪ੍ਰੀ ਦੇ ਲਈ ਵੀ ਉਹਨਾਂ ਨੇ 60 ਕਰੋੜ ਰੁਪਈਆ ਰੱਖਿਆ ਹੋਇਆ ਤੇ ਈਵਨ ਆਪਾਂ ਦੇਖਿਆ ਵੀ ਜਿਵੇਂ ਪੰਜਾਬੀ ਯੂਨੀਵਰਸਿਟੀ ਥੋੜੀ ਸੀਗੀ ਉਹਦੇ ਲਈ 90 ਕਰੋੜ ਰੁਪਏ ਸਪੈਸ਼ਲ ਗ੍ਰਾਂਟ ਦਿੱਤੀ ਆ 90 ਕਰੋੜ ਜਦੋਂ ਇਹ ਗ੍ਰਾਂਟਸ ਆਉਂਦੀਆਂ इवन 스마트ਫੋਨ ਵੀ ਜਿਹੜੇ 10+2 ਨੂੰ 100 ਕਰੋੜ ਉਹਦੇ ਲਈ ਵੀ ਰੱਖਿਆ ਜੀ ਤੇ ਜਦੋਂ ਇਹ ਫੰਡਾਂ ਜਿੰਨੇ ਵੀ ਇੱਕ এনवायरमेंट ਜਿਹੜਾ ਚੰਗਾ ਬਣ ਜਾਂਦਾ ਜਦੋਂ এনवायरमेंट ਚੰਗਾ ਬਣਦਾ ਹਰ ਇੱਕ ਫੈਸਿਲਿਟੀ ਹਰ ਇੱਕ ਇੰਸਟੀਚਿਊਨ ਕੋਲ ਹੋਊਗੀ ਟੀਚਰ ਕੋਲ ਹੋਊਗੀ ਤਾਂ ਨੇਚਰਲੀ ਉਹ ਕੁਆਲਿਟੀ ਫਲੋ ਕਰੂਗੀ ਬੱਚਾ ਵੀ ਇਨਟੇਕ ਲਊਗਾ ਚੰਗੀਆਂ ਸਿੱਖਿਆ ਮਿਲਣਗੀਆਂ ਬੱਚਿਆਂ ਦੇ ਜਿਸਾ ਅਸੀਂ ਗੱਲ ਕਰ ਰਹੇ ਹਾਂ ਤਾਂ ਇਹ ਵੀ ਗੱਲ ਇੱਥੇ ਕਰਨੀ ਬੰਦੀ ਹੈ ਕਿ ਜਿੱਦਾਂ ਵਿਦਿਆਰਥੀ ਸਕੂਲ ਜਾਂ ਕਾਲਜ ਆ ਰਹੇ ਨੇ ਤੇ ਕਿੱਦਾਂ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿਹੜੀ ਗਾਈਡਲਾਈਨਸ ਸਾਨੂੰ ਮਿਲੀਆਂ ਗਈਆਂ ਕਿ ਕੋਰੋਨਾ ਤੋਂ ਸੁਰੱਖਿਆ ਲਈ ਕਿ ਉਹ ਗਾਈਡਲਾਈਨਸ ਉਹ ਪੂਰੀ ਤਰ੍ਹਾਂ ਅਪਣਾਉਣ ਦੇਖੋ ਇਸ ਪਲੇਟਫਾਰਮ ਤੇ ਮੈਂ ਜ਼ਰੂਰ ਕਹਿਣਾ ਚਾਹੁੰਦਾ ਜੀ ਕਿ ਮੈਂ ਪ੍ਰਿੰਸੀਪਲ ਹਾਂ ਜਦੋਂ ਕਾਲਜ ਜਾਂਦਾ ਤੇ ਤਕਰੀਬਨ ਇੱਕ ਰਾਉਂਡ ਜ਼ਰੂਰ ਲਾਉਣਾ ਮੈਂ ਤੇ ਬੱਚਿਆਂ ਨੂੰ ਜਰੂਰ ਮਾਸਕ ਦਾ ਕਹਿਦਾ ਕਿ ਬੇਟਾ ਪਾਓ ਖੁਸ਼ ਹੋ ਕੇ ਪਾਉਂਦੇ ਵੀ ਨਹੀਂ ਪਰ ਸ਼ਤਾਨ ਵੀ ਬਾਤ ਨਹੀਂ ਤੇ ਜਦੋਂ ਪ੍ਰਿੰਸੀਪਲ ਜਾਂਦਾ ਲਾਭ ਹੀ ਦਿੰਦੇ ਨੇ ਫੇਮਾ ਅਨਾਉਂਸਮੈਂਟਾਂ ਵੀ ਕਰਾਉਣਾ ਬੇਟਾ ਵੀ ਇਹ ਮੇਰੇ ਲਈ ਨਹੀਂ ਹੈ ਇਹ ਆਪਣੀ ਫੈਮਿਲੀ ਲਈ ਆ ਜੀ ਤੁਸੀਂ ਇੱਥੋਂ ਵਾਪਸ ਆਪਣੀ ਫੈਮਿਲੀ ਕੋਲ ਜਾਣਾ ਬਾਈ ਚਾਂਸ ਕੋਈ ਚੀਜ਼ ਗਲਤ ਲੈ ਕੇ ਚੱਲੇ ਕਿ ਤੁਸੀਂ ਫੈਮਿਲੀ ਨੂੰ ਟਰੈਵਲ ਕਰਨਾ ਜੀ ਇੱਕ ਇੱਕ ਬੱਚਾ ਜਦੋਂ ਇਹ ਸੋਚਣ ਲੱਗੇ ਮੈਂ ਵਾਪਸ ਆਪਣੇ ਮਾਪਿਆਂ ਕੋਲ ਜਾਣਾ ਆਪਣੀ ਫੈਮਿਲੀ ਕੋਲ ਜਾਣਾ ਤਾਂ ਮੈਨੂੰ ਲੱਗਦਾ ਸੋਸ਼ਲ ਡਿਸਟੈਂਸ ਵੀ ਮੇਨਟੇਨ ਹੋ ਜਾਂਦਾ ਤੇ ਮਾਸਕ ਵੀ ਪਾ ਜਾਂਦੇ ਨੇ ਪਰ ਇਹ ਏਜ ਗਰੁੱਪ ਇਦਾਂ ਦਾ ਹੁੰਦਾ ਜਿੱਥੇ ਕਿ ਆਪਾਂ 100% ਦੀ ਗਾਰੰਟੀ ਨਹੀਂ ਕਹਿਣਾ ਚਾਹੀਦੀ ਪਰ ਮੈਂ ਸਾਰੇ ਵਿਦਿਆਰਥੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਜਰੂਰ ਆਪਾਂ ਮਾਸਕ ਤੇ ਸੋਸ਼ਲ ਡਿਸਟੈਂਸ ਨੂੰ ਮੇਨਟੇਨ ਰੱਖੀਏ ਤੁਹਾਡੀ ਲਾਈਫ ਬੜੀ ਇੰਪੋਰਟੈਂਟ ਆ ਤੁਹਾਡੇ ਪੇਰੈਂਟਸ ਲਈ ਤੁਹਾਡੇ ਇੰਸਟੀਟਿਊਸ਼ਨ ਲਈ ਤਾਂ ਆਪਾਂ ਇਸ ਤੋਂ ਪ੍ਰੋਪਰਲੀ ਬਾਹਰ ਆ ਜਾਈਏ ਇਕ ਤੋਂ ਮਹੀਨੇ ਦੀ ਗੱਲ ਆ ਫਿਰ ਆਪਾਂ ਦੁਬਾਰਾ ਉਸੇ ਮਾਹੌਲ ਚ ਰਹਿਵਾਂਗੇ ਜੀ ਡਾਕਟਰ ਸਾਹਿਬ ਯਾਨੀ ਕਿ ਅਧਿਆਪਕ ਜਿਹੜਾ ਇੱਕ ਵਿਦਿਆਰਥੀ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਂਦਾ ਔਰ ਉਸ ਨੂੰ ਇਸ ਕਾਬਿਲ ਵੀ ਬਣਾਉਂਦਾ ਕਿ ਉਹ ਆਪਣੇ ਆਪ ਨਾਲ ਆਪਣੇ ਪਰਿਵਾਰ ਦਾ ਤੇ ਆਪਣੇ ਸਮਾਜ ਦਾ ਔਰ ਖਾਸ ਤੌਰ ਤੇ ਦੇਸ਼ ਦੀ ਵੀ ਰੱਖਿਆ ਕਰੇ ਔਰ ਉਸ ਦਾ ਨਾਮ ਰੋਸ਼ਨ ਕਰੇ ਡਾਕਟਰ ਸਾਹਿਬ ਜੀ ਗੱਲ ਕਰੀ ਸੀ ਵੋਕੇਸ਼ਨਲ ਟ੍ਰੇਨਿੰਗ ਦੀ ਸਕਿੱਲ ਡਿਵੈਲਪਮੈਂਟ ਦੀ ਹੁਨਰ ਵਿਕਾਸ ਦੀ ਇੱਥੇ ਵੀ ਅਧਿਆਪਕ ਦਾ ਜਿਹੜਾ ਕਿਰਦਾਰ ਆ ਬਹੁਤ ਵੱਡਾ ਆ ਯਸ ਕਿਉਂਕਿ ਪਿਛਲੇ 3 ਸਾਲਾਂ ਤੋਕ ਨਹੀਂ ਜਿਹੜੇ ਸਕਿੱਲ ਇਨਹਾਂਸ ਕਰਨ ਵਾਲੇ ਨੇ ਵੋਕੇ ਉਹ ਜੀ ਨੋਸਟੀ ਗ੍ਰਾਂਟ ਕਮਿਸ਼ਨ ਨੇ ਵੀ ਦਿੱਤੇ ਨੇ ਤੇ ਕਾਲਜ ਬਹੁਤ ਲੈ ਕੇ ਵੀ ਆਏ ਨੇ ਈਵਨ ਵੋਕੇਸ਼ਨਲ ਕੋਰਸ ਜਿਹੜੀ ਵੋਕੇਸ਼ਨਲ ਵਾਲੇ ਨੇ ਉਹ ਆਪਣੇ ਪੰਜਾਬ ਚ ਵੀ ਚੱਲਦੇ ਨੇ ਤੇ ਉਹਦੇ ਨਾਲ ਇਹ ਜ਼ਰੂਰ ਹੋ ਰਿਹਾ ਜਿਹੜਾ ਉਹ ਕੋਰਸ ਅਡਾਪਟ ਕਰਦਾ ਉਹ ਆਪਣੇ ਆਪ ਚ ਸਕਿੱਲ ਮਹਿਸੂਸ ਕਰਦਾ ਤੇ ਉਹ ਇੰਡਸਟਰੀ ਦੇ ਅੰਦਰ ਅਬਜ਼ਰਵ ਹੋਣ ਦੀ ਉਹਦੇ ਚ ਕਪੈਸਿਟੀ ਜਿਹੜੀ ਵੱਧ ਗਈ ਆ ਜੀ ਠੀਕ ਆ ਇਹਦੇ ਰਿਜ਼ਲਟ ਮੇਬੀ ਹਲੇ ਥੋੜੇ ਘੱਟ ਨਜ਼ਰ ਆਉਂਦੇ ਹੋਣਗੇ ਪਰ ਆਉਣ ਵਾਲੇ ਟਾਈਮਾਂ ਦੇ ਅੰਦਰ ਇਹ ਰਿਜ਼ਲਟ ਜ਼ਰੂਰ ਹੋ ਜਾਣਗੇ ਕਿ ਉਹ ਸਕਿੱਲ ਵਾਲਾ ਕੋਰਸ ਕਰਨ ਤੋਂ ਬਾਅਦ ਵੋਕੇਸ਼ਨਲ ਕਰਕੇ ਰੋਜ਼ਗਾਰ ਜ਼ਰੂਰ ਪੈ ਜਾਊਗਾ ਜਾਂ ਆਪਣਾ ਹੀ ਕੋਈ ਕੰਮ ਖੋਲ ਸਕਦਾ ਤਾਂ ਕਿ ਆਪਾਂ ਇਸ ਜਿਹੜੀ ਅਨਪਲਾਈਮੈਂਟ ਵਾਲੀ ਚੋਂ ਬਾਰਾ ਵਾਰੀ ਕੋਸ਼ਿਸ਼ ਹੋ ਰਹੀਆਂ ਤਕਰੀਬ ਜੀ ਜੀ ਤੇ ਡਾਕਟਰ ਬਜਸਾ ਕੁਝ ਕਲਾਸਸ ਦੇ ਜਿਹੜੇ ਐਗਜ਼ਾਮਸ ਨੇ ਉਹ ਚੱਲ ਰਹੇ ਨੇ ਤੇ ਕੁਝ ਦੇ ਹੁਣ ਸ਼ੁਰੂ ਹੋਣ ਵਾਲੇ ਨੇ ਬੱਚਿਆਂ ਦੀ ਲਿਖਣ ਦੀ ਜਿਹੜੀ ਸਪੀਡ ਹੈ ਉਹ ਵੀ ਘਟ ਹੋ ਚੁੱਕੀ ਹੈ ਤੇ ਬੱਚਿਆਂ ਦੇ ਮਨ ਦੇ ਵਿੱਚ ਡਰ ਹੈ ਇੱਕ ਕਿ ਅਸੀਂ ਜਿਹੜਾ ਪੇਪਰ ਆਫਲਾਈਨ ਦੇਣ ਜਾ ਰਹੇ ਹਾਂ ਸਕੂਲ ਜਾਂ ਕਾਲਜ ਦੇ ਵਿੱਚ ਦੇਣ ਜਾ ਰਹੇ ਹਾਂ ਉਹ ਅਸੀਂ ਪੂਰਾ ਕਰ ਪਾਵਾਂਗੇ ਕਿ ਨਹੀਂ ਕਿ ਇਸ ਲਈ ਵੀ ਕੁਝ ਸੋਚਿਆ ਗਿਆ ਐ ਨੈਚੁਰਲੀ ਮੈਂ ਵੀ ਕੰਸਰਨ ਜਿਹੜੀਆਂ ਏਜੰਸੀਜ਼ ਨੇ ਜੀ ਜਿਹੜੀਆਂ ਕੰਡਕਟ ਐਗਜ਼ਾਮ ਕਰਦੀਆਂ ਨੇ ਕਿ ਇਹ ਜ਼ਰੂਰ ਇਸ ਫਿਲ੍ਹੇ ਵੀ ਜਿਹੜਾ ਨੈਕਸਟ ਐਗਜ਼ਾਮ 10th ਜਾਂ 10+2 ਦਾ ਹੋਣ ਜਾ ਰਿਹਾ ਆ ਜਾਂ ਬਾਕੀ ਕਲਾਸਾਂ ਦਾ ਹੋਣ ਜਾ ਰਿਹਾ ਛੋਟੀਆਂ ਦਾ ਉਹਦੇ 'ਚ ਇਹ ਜ਼ਰੂਰ ਪਾਟ ਰੱਖਣਾ ਚਾਹੀਦਾ ਆਪਾਂ ਬੱਚਿਆਂ ਨੂੰ ਇਨਕਰੇਜ ਕਰਕੇ ਉਸ এনवायरमेंट 'ਚ ਲੈ ਕੇ ਜਾਈਏ ਤੇ ਕੁਛ ਅਪਰ ਰਿਲੈਕਸੇਸ਼ਨ ਜ਼ਰੂਰ ਦੇ ਦਈਏ ਬੱਚਿਆਂ ਨੂੰ ਤਾਂ ਕਿ ਬੱਚੇ ਦੇ ਮਨ ਤੋਂ ਟੈਨਸ਼ਨ ਹਟਾ ਦਈਏ ਤਾਂ ਹੀ ਉਹ ਪ੍ਰੋਪਰਲੀ ਕਰੂਗਾ ਜੀ ਆਪਾਂ ਟੈਨਸ਼ਨ ਚ ਹੀ ਰੱਖ ਰਹੇ ਜਿਵੇਂ ਹੁਣ ਥੋੜਾ ਜਿਹਾ ਮਾਹੌਲ ਬਣਦਾ ਪਿਆ ਵੀ ਕੋਵਿਡ ਦੁਆਰਾ ਆ ਰਿਹਾ ਤੇ ਆਪਾਂ ਜੇ এডਿਕੇਸ਼ਨਸ ਨਹੀਂ ਇਹਨਾਂ ਨੂੰ ਸੰਭਾਲਾਂਗੇ ਸੰਭਾਲੂਗਾ ਕੌਣ ਜੀ ਤਾਂ ਉਹਦਾ ਤੌਰ ਤਰੀਕਾ ਜਿਹੜਾ ਪੇਪਰ ਦਾ ਉਹ ਥੋੜਾ ਜਿਆਦਾ ਰਿਲੈਕਸ ਕਰ ਦੇਣਾ ਚਾਹੀਦਾ ਤਾਂ ਕਿ ਬੱਚਾ ਆਪਣੇ ਕੌਨਫੀਡੈਂਸ ਨਾਲ ਲਾਵੇ ਤੇ ਇਹਨੂੰ ਵਾਪਸ ਲੈ ਕੇ ਆਈਏ ਨੋ ਪ੍ਰੋਬਲਮ ਕੋਈ ਗੱਲ ਨਹੀਂ ਉਹਦੇ ਵਿੱਚ ਕੁਛ ਨਾ ਕੁਛ ਰਿਲੈਕਸਨ ਜਰੂਰ ਦੇਣੀਆਂ ਚਾਹੀਦੀਆਂ ਨੇ ਮੇਬੀ ਸਿਲੇਬਸ ਪਾਰਟ ਹੋਵੇ ਮੇਬੀ ਲਾਈਕਰ ਪਾਰਟ ਹੋ ਜਾਣ ਸਟਾਈਲ ਆਫ ਪੇਪਰ ਹੋ ਜੇ ਕੋਈ ਗੱਲ ਨਹੀਂ ਤਾਂ ਕਿਹੜੀ ਗੱਲ ਡਾਕਟਰ ਸਾਹਿਬ ਹਰ ਕਾਮਯਾਬ ਇਨਸਾਨ ਦੀ ਜ਼ਿੰਦਗੀ ਵਿੱਚ ਉਸ ਦੀ ਕਾਮਯਾਬੀ ਦਾ ਜੋ ਰਾਜ਼ ਹੁੰਦਾ ਹੈ ਉਹ ਮੇਗਾ ਜੀ ਮੈਨੂੰ ਲੱਗਦਾ ਹੈ ਫਿਰ ਅਨੁਸ਼ਾਸਨ ਹੁੰਦਾ ਹੈ ਔਰ ਇਹ ਜਿਹੜਾ ਸਿਧਾਂਤ ਹੈ ਜ਼ਿੰਦਗੀ ਦੇ ਵਿੱਚ ਇਹ ਬਹੁਤ ਸਫਲ ਹੈ ਜੇ ਅਸੀਂ ਇਸ ਦੇ ਉੱਪਰ ਚੱਲ ਪਈਏ ਤਾਂ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ ਸੁਪਨੇ ਨੂੰ ਸਹਕਾਰ ਕਰ ਲੈਂਦੇ ਹਾਂ ਅਨੁਸ਼ਾਸਨ ਦਾ ਹੋਣਾ ਔਰ ਖਾਸ ਤੌਰ ਤੇ ਕਰੋਨਾ ਕਾਲ ਦੇ ਵਿੱਚ ਕਿਸ ਤਰੀਕੇ ਨਾਲ ਪੋਸੀਬਲ ਹੋਇਆ ਕਿਉਂਕਿ ਚੁਣੌਤੀ ਵਿਦਿਆਰਥੀਆਂ ਲਈ ਵੀ ਸੀ ਔਰ ਅਧਿਆਪਕਾਂ ਲਈ ਵੀ ਸੀ ਉਹਨਾਂ ਨੂੰ ਇਸ ਨਾਲ ਜੋੜਨਾ ਔਰ ਅਨੁਸ਼ਾਸਿਤ ਰੱਖਣਾ ਪੰਕਚੁਅਲ ਰੱਖਣਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਵੀ ਹਰ ਇੱਕ ਚੀਜ਼ ਦਾ ਕਾਮਯਾਬੀ ਦਾ ਰਾਜ ਜਿਹੜੀ ਡਿਸਪਲਨ ਹੈਗਾ ਡਿਸਪਲਨ ਜਮੇ ਯੂਸੀਬੀ ਯੂ ਆ ਪੰਕਚੁਅਲ ਹੋਣਾ ਚਾਹੀਦਾ ਜੀ ਤੇ ਮੈਨੂੰ ਲੱਗਦਾ ਵੀ ਆਪਾਂ ਨੂੰ ਇਹਨੇ ਸਿੱਖਿਆ ਦਿੱਤੀ ਐ ਕੋਵਿਡ-19 ਜੀ ਆਪਾਂ ਹੋਰ ਕੁਦਰਤ ਦੇ ਲਾਗੇ ਹੋਰ ਰੂਲ ਨ ਰੈਗੂਲੇਸ਼ਨ ਦੇ ਲਾਗੇ ਹੋ ਗਏ ਆ ਔਰ ਸਾਨੂੰ ਇਹਨਾਂ ਦਾ ਅਹਿਸਾਸ ਹੋਣ ਲੱਗ ਪਿਆ ਵੀ ਯਸ ਜੀ ਪਾਰਟ ਹੋਗਾ ਤਾਂ ਹੀ ਆਪਾਂ ਚੱਲਣਾ ਨਹੀਂ ਤਾਂ ਪਹਿਲਾਂ ਥੋੜੇ ਜਿਹਾ ਆਪਾਂ ਰਿਲੈਕਸ ਜਾਂ ਭੁੱਲ ਗਏ ਸੀ ਪਰ ਹੁਣ ਆਪਾਂ ਨਾਲ ਹੋ ਗਏ ਤੇ ਹਮੇਸ਼ਾ ਮੈਂ ਬੱਚਿਆਂ ਨੂੰ ਕਹਿਣਾ ਇਵਨ ਟੀਚਰ ਨੂੰ ਕਹਿਣਾ ਕੇ ਜੇ ਤੁਸੀਂ ਬੱਚੇ ਨੂੰ ਪੜਾ ਰਹੇ ਹੋ ਤਾਂ ਇਹ ਦੇਖੋ ਇੱਕ ਟੀਚਰ ਪ੍ਰੋਡਿਊਸ ਆਉਣ ਵਾਲੇ ਟਾਈਮ ਲਈ ਕਰ ਰਹੀ ਹੈ ਜੀ ਜੀ ਬਿਲਕੁਲ ਬਿਲਕੁਲ ਤੁਹਾਡੇ ਵਾਲਾ ਸਬਜੈਕਟ ਇਹਨੇ ਟਰੈਵਲ ਕਰਨਾ ਜੀ ਇਸ ਨੂੰ ਇੰਨਾ ਕੁ ਸਿਖਾ ਦਿਓ ਤਾਂ ਕਿ ਤੁਹਾਡਾ ਸਬਜੈਕਟ ਵੀ ਟਰੈਵਲ ਕਰ ਜੇ ਜਦੋਂ ਤੁਹਾਡਾ ਸਬਜੈਕਟ ਟਰੈਵਲ ਕਰਨ ਲੱਪੇ ਸਾਰੇ ਸਬਜੈਕਟ ਟਰੈਵਲ ਕਰਨ ਲੱਪੇ ਚੱਲਣ ਲੱਪੇ ਨੇ ਤਾਂ ਨੇਚਰਲੀ ਨਾ ਸਾਡੀ ਮਾਂ ਬੋਲੀ ਨਾ ਸਾਡੇ ਵਿਸ਼ੇ ਇਹ ਮਰਨੇ ਨਹੀਂ ਇਹ ਕੰਟੀਨਿਊ ਰਹਿਣੇ ਨੇ ਆਪਾਂ ਤਾਂ ਉਸ ਬੱਚੇ 'ਚ ਦੇਖੀਏ ਵੀ ਭਾਈ ਇਹਨੂੰ ਅਸੀਂ ਇੱਕ ਪਰਫੈਕਟ ਟੀਚਰ ਦੇ ਲਾਗੇ ਸ਼ਾਗੇ ਲੱਗ ਜਾਣਾ ਤੇ ਆਪਣੀ ਕੰਟੀਨਿਉਟੀ ਰਹੂਗੀ ਤੇ ਉਹ ਟੀਚਰ ਜੇ ਪੰਕਚੁਅਲ ਆ ਟੀਚਰ ਡਿਸਪਲਿਨ ਚ ਉਹਨੂੰ ਦੇਖ ਕੇ ਹੀ ਸਟੂਡੈਂਟ ਨੇ ਹੋਣਾ ਰੋਲ ਮਾਡਲ ਦੇ ਮੈਂ ਉਹ ਕ੍ਰੀਏਟ ਹਮੇਸ਼ਾ ਕਰਨਾ ਚਾਹੀਦਾ ਔਰ ਈਵਨ ਮੈਂ ਤਾਂ ਈਵਨ ਕਹਿਣਾ ਇਹ ਵੀ ਹੁਣ ਆਪਾਂ ਰੂਲ ਮਾਡਲ ਟੀਚਰ ਤਾਕੀ ਕਹਿੰਨੇ इवन ਰੂਲ ਮਾਡਲ ਘਰ ਚ ਵੀ ਹੋਣਾ ਚਾਹੀਦਾ ਪੀਰੈਂਟਸ ਤੇ ਮਦਰ ਨੂੰ ਵੀ ਉਦਾਂ ਦਾ ਬਿਹੇਵ ਕਰਨਾ ਚਾਹੀਦਾ ਉਦਾਂ ਦੀ ਵੀ ਡਿਸਪਲਨ ਰੱਖਣਾ ਚਾਹੀਦਾ ਤਾਂ ਕਿ ਆਪਾਂ ਇੱਕ ਚੰਗਾ ਫੈਮਿਲੀ ਇੱਕ ਡਿਸਪਲਨ ਜਿਹੜੀ ਫੈਮਿਲੀ ਹੋਵੇ ਤਾਂ ਦੈਟ ਇਜ਼ ਪ੍ਰੋਗਰੈਸ ਹੋਗੀ ਜੀ ਤੇ ਡਾਕਟਰ ਸਾਹਿਬ ਜੀ ਇੱਕ ਗੱਲ ਕਰੇ ਬੱਚਿਆਂ ਦੇ ਵਿਦਿਆਰਥੀਆਂ ਦੇ ਬਹੁਤ ਸਾਰੇ ਵਿਦਿਆਰਥੀ ਇਸ ਵੇਲੇ ਪ੍ਰੋਗਰਾਮ ਦੇਖ ਰਹੇ ਨੇ ਤੇ ਜਿਹੜੇ ਵਿਦਿਆਰਥੀਆਂ ਦੇ ਵਿੱਚ ਹਲੇ ਇੰਨੀ ਸੋਚ ਉਹਨਾਂ ਦੀ ਮੁਕੰਮਲ ਨਹੀਂ ਹੋਈ ਕਿ ਬਹੁਤ ਜ਼ਿਆਦਾ ਉਹ ਸੋਚ ਸਕਦੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆਂਦਾ ਹੈ ਕਿ ਸਿੱਖਿਆ ਦੇ ਕੀ ਫਾਇਦੇ ਨਹੀਂ ਸਾਨੂੰ ਜੀ ਇਹ ਤੁਹਾਡੇ ਤੋਂ ਜਾਣਾਂਗੇ ਮੈਂ ਉਹਨਾਂ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਸਿੱਖਿਆ ਤੋਂ ਬਿਨਾ ਕੋਈ ਚੀਜ਼ ਨਹੀਂ ਅੱਜ ਵੀ ਜੇ ਆਪਾਂ ਪ੍ਰੋਗਰੈਸ ਕਰਦੇ ਪਏ ਆ ਪ੍ਰੋਗਰੈਸ ਦਾ ਮੇਰਾ ਸੈਂਸ ਮੀ ਇਹ ਵੀ ਹੈਗਾ ਵੀ ਜੇ ਫਰਦਰ ਕਿਤੇ ਆਪਾਂ ਕਰ ਰਹੇ ਹਾਂ ਜੀ ਤੋਂ ਐਜੂਕੇਸ਼ਨ ਕਰਕੇ ਕਰ ਰਹੇ ਜੇ ਐਜੂਕੇਸ਼ਨ ਗਹਿਣਾ ਕਿਸੇ ਕੋਲ ਹੈਗਾ ਤੋਂ ਉਹਨੂੰ ਖੋ ਨਹੀਂ ਸਕਦਾ ਹੂੰ ਉਹਨੇ ਅੱਜ ਨਹੀਂ ਤਾਂ ਕੱਲ ਕਾਮਯਾਬ ਹੋਣਾ ਹੀ ਹੋਣਾ ਤੇ ਜਿਹਦੇ ਕੋਲ এডਿਕੇਸ਼ਨ ਦਾ ਗਿਆਨ ਹੈ ਨਹੀਂ ਉਹ ਦੀ ਸੰਭਾਵਨਾ ਜਿਹੜੀ ਸਕਸੈਸ ਹੋਣ ਦੀ ਬਹੁਤ ਰੀਅਰ ਹੁੰਦੀ ਆ ਹੂੰ ਉਹ ਤਾਂ ਕਹਿ ਲੋ ਵੀ ਪਰਮਾਤਮਾ ਦੀ ਰਹਿਮਤ ਹੋ ਸਕਦੀ ਆ ਜਾਂ ਕਿਸਮਤ ਬਹੁਤ ਜ਼ਿਆਦਾ ਹੋ ਜੇ ਤੇ এডਿਕੇਸ਼ਨ ਤੋਂ ਬਿਨਾ ਤਾਂ ਤੁਸੀਂ ਰਹਿ ਹੀ ਨਹੀਂ ਸਕਦੇ ਹੂੰ ਮੀਨ ਤੁਸੀਂ ਆਪਣੀ ਲਾਈਫ ਸਟਾਈਲ 'ਚ ਨਹੀਂ ਰਹਿ ਸਕਦੇ ਲਾਈਕ ਜਿਵੇਂ ਅੱਜ ਕੱਲ ਬੱਚਾ ਨੂੰ ਬੜਾ ਟ੍ਰੈਂਡ ਆ ਬ੍ਰਾਂਡਡ ਹੂੰ ਉਹ ਜੇ ਸਿੱਖਿਆ ਸਾਨੂੰ ਤਾਂ ਹੀ ਬ੍ਰਾਂਡ ਦੇਖਾਂਗੇ ਕਿ ਕਿਹੜੇ ਕਿਹੜੇ ਬ੍ਰਾਂਡ ਚੱਲਦੇ ਪਏ ਨੇ ਨਹੀਂ ਤਾਂ ਤੁਸੀਂ ਨੂੰ ਤੂੰ ਸਿੱਖਿਆ ਇਜ਼ ਅ 파ਟਨਟ ਪਾਰਸਲ ਆਫ ਲਾਈਫ ਇਹਦੇ ਬਿਨਾ ਲਾਈਫ ਨੂੰ ਗੁਜ਼ਰਨਾ ਇਜ਼ ਵੈਰੀ ਡਿਫਿਕਲਟ ਵਨ ਉਹ ਗੁਜ਼ਰ ਹੋ ਹੀ ਨਹੀਂ ਸਕਦੀ ਜੀ ਡਾਕਟਰ ਸਾਹਿਬ ਤੁਸੀਂ ਵਿਦਿਆਰਥੀਆਂ ਦੀ ਗੱਲ ਕਰ ਰਹੇ ਹੋ ਤੇ ਦੋ ਸੋਹਣੇ ਸੋਹਣੇ ਵਿਦਿਆਰਥੀ ਤੁਹਾਡੇ ਸਾਹਮਣੇ ਵੀ ਬੈਠੇ ਆ ਮੇਰਾ ਸਵਾਲ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਹਰ ਵਿਦਿਆਰਥੀ ਵਾਸਤੇ ਜ਼ਰੂਰੀ ਹੁੰਦਾ ਹੈ ਕਿ ਉਹ ਰਚਨਾਤਮਕ ਹੋਵੇ ਕ੍ਰੀਏਟਿਵ ਮਾਈਂਡ ਹੋਵੇ ਇੱਥੇ ਵੀ ਅਧਿਆਪਕ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਅਧਿਆਪਕ ਉਸ ਨੂੰ ਕਿਸ ਤਰੀਕੇ ਨਾਲ ਗਾਈਡ ਕਰਦਾ ਸੋ ਕ੍ਰੀਏਟੀਵਿਟੀ ਦਾ ਹੋਣਾ ਅ ਮੈਂ ਆਲਰੇਡੀ ਜਿਵੇਂ ਤੁਹਾਨੂੰ ਕਿਹਾ ਕਿ ਵੀ ਅਧਿਆਪਕ ਰੂਲ ਮਾਡਲ ਹੈ ਬੱਚੇ ਨੇ ਅਧਿਆਪਕ ਤੋਂ ਸਿੱਖਣਾ ਜੇ ਅਧਿਆਪਕ ਕੋਈ ਕ੍ਰੀਏਟੀਵਿਟੀ ਕਰਕੇ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਨਵੀਂ ਨੌਲੇਜ ਲੈ ਕੇ ਜਾਂਦਾ ਕਲਾਸਰੂਮ ਦੇ ਅੰਦਰ ਜੀ ਤਾਂ ਬੱਚਾ ਦੇ ਇੱਕ ਤਾਂ ਮੰਚ ਹੋ ਜਾਂਦਾ ਵੀ ਯਸ ਵੀ ਇਹਨੂੰ ਨੌਲੇਜ ਬਹੁਤ ਆ ਜੀ ਟੀਚਰ ਨੂੰ ਤੇ ਮੈਂ ਇਹਨੂੰ ਫਾਲੋ ਕਰਾਂ ਹਮ ਹੈ ਹੀ ਸਾਡਾ ਕੰਮ ਹੀ ਇਹੀ ਹੈ ਟੀਚਰ ਦਾ ਕੰਮ ਹੀ ਹੈ ਵੀ ਆਪਾਂ ਫਾਲੋ ਕਰਾਣਾ ਹਮ ਜੇ ਇੱਕ ਟੀਚਰ ਆਪਣੇ ਸਟੂਡੈਂਟਸ ਨੂੰ ਫਾਲੋ ਹੀ ਨਹੀਂ ਕਰਾ ਸਕਿਆ ਹਮ ਉਹ ਟੀਚਰ ਨਹੀਂ ਹੈ ਹੂੰ ਕਿਉਂਕਿ ਤੁਸੀਂ ਇੰਨਾ ਇੱਕ ਇੰਪੈਕਟ ਇੰਨੀ ਇੱਕ ਨੌਲੇਜ ਦਿਓ ਬੱਚੇ ਨੂੰ ਜਿਹੜਾ ਬੱਚਾ ਸੋਚੇ ਵੀ ਕਿਉਂਕਿ ਕਈ ਚੀਜ਼ਾਂ ਆਪਣੀ এনवायरमेंट ਦੇ ਆਪਣੇ ਸਰਾਉਂਡਿੰਗ ਹੈਗੀਆਂ ਨੇ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਹੂੰ ਜਦੋਂ ਉਹ ਬੱਚੇ ਨੂੰ ਆਪਾਂ ਛੋਟੀ ਗੱਲ ਵੀ ਦੱਸ ਦਿੰਦੇ ਕਿ ਵੀ ਆਹ ਬੇਟਾ ਗੱਲ ਹੈਗੀ ਆ ਤਾਂ ਬੱਚੇ ਨੂੰ ਹੁੰਦਾ ਵੀ ਯਸ ਵੀ ਇਹ ਵੀ ਹੈ ਫਿਰ ਉਹ ਸੋਚ ਜਿਹੜੀ ਉਹਦੀ ਡਿਵੈਲਪ ਹੋਣ ਲੱਗ ਪਈ ਡਿਵੈਲਪ ਜਿਹੜੀ ਆਪਾਂ ਜਰੂਰ ਕਰਾਉਣੀ ਹੈ ਜਦੋਂ ਡਿਵੈਲਪਮੈਂਟ ਕਰਨ ਲੱਪੀਏ ਥੈਟ ਸ਼ੁਡ ਬੱਚਾ ਪਰਫੈਕਟ ਲਾਈਨ ਚ ਜਾਣਾ ਸ਼ੁਰੂ ਹੋਵੇ ਸਿੱਖਿਆ ਦੀ ਸੰਭਾਵਨਾਵਾਂ ਜਿਹੜੀ ਉਹ ਵੱਧ ਜਾਂਦੀ ਵੱਧ ਜਾਂਦੀ ਹੈ ਡਾਕਟਰ ਸਾਹਿਬ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਸਿੱਖਿਆ ਤੇ ਸੰਭਾਵਨਾ ਤੁਸੀਂ ਬਹੁਤ ਵਧੀਆ ਗੱਲਾਂ ਦਸੀਆਂ ਤੁਸੀਂ ਵਿਦਿਆਰਥੀਆਂ ਨੂੰ ਇੰਨਾ ਜ਼ਿਆਦਾ ਅੱਜ ਇਸ ਮੰਚ ਦੇ ਜ਼ਰੀਏ ਮੋਟੀਵੇਟ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਬਹੁਤ ਜੀ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ